ਨਾ ਬਰਗੜੀ ਬਾਜਵਾ ਕਹਾਂ ਜਾਂ ਬਾਜ ਕਾ ਬਾਜ ਮੇਰਾ ਨਾਮ ਬਾਜਵਾ ਤੋਂ ਆਫ ਕੋਰਸ ਪਿਆ ਪਰ ਬਾਜ ਮੇਰਾ ਨਾਮ ਚੱਲਦਾ ਰਿਹਾ ਪੂਰੇ ਮੇਰੇ ਆਰਮੀ ਕੈਰੀਅਰ ਦੇ ਵਿੱਚ 48 ਟਾਂਕੇ ਲੱਗਿਓ ਤੁਹਾਡੇ ਇਸ ਦੀ ਮੈਂ ਹਿਸਟਰੀ ਜਾਨਣਾ ਚਾਹੁੰਗਾ 48 ਟਾਂਕੇ ਕਿਵੇਂ 13 ਟਾਂਕੇ ਦੇ ਜਿਵੇਂ ਕਿ ਮੇਰਾ ਅਗੜਾ ਕੱਟ ਕੇ ਮਰਾਉਗੇ ਮੇਰੀ ਆ ਬਾਜੂ ਸਾਰੀ ਅੱਖ ਤੇ ਮੇਰੇ ਆ ਬਿਲਕੁਲ ਅੱਖ ਪਹਿਲਾਂ ਉਹਨਾਂ ਡਿਕਲੇਅਰ ਕਰਤਾ ਉਸ ਵੀ ਅੱਖ ਨਹੀਂ ਰਹੀ ਪਰ ਉਹਦੇ ਨਾਲ 6 7 ਟਾਂਕੇ ਇੱਥੇ ਨੇ ਇਸੇ ਕਰਦੇ ਕਰਦੇ ਮੇਰੇ ਹਰ ਇੱਕ ਮੇਰੇ خیال ਇਹ ਗਿਣ ਕੇ ਮੈਂ ਦੱਸਾਂ ਤੇ ਮੇਰੇ ਕੋਲ 48 ਟਾਂਕੇ ਨੇ 40 ਐਕਚੁਅਲੀ ਹੋਤੇ ਲੱਗੇ 8 8 ਕਰਦੇ ਬਚ ਲੱਗੇ ਮੈਂ ਹਮੇਸ਼ਾ ਕਿਉਂ ਜੋ ਮੇਰੇ ਸਟਿਚਸ ਆ ਲੈਫਟ ਸਾਈਡ ਤੇ ਪੂਰਾ 13 ਸਟਿਚਸ ਨੇ ਆ ਉਹ ਹਮੇਸ਼ਾ ਮੈਨੂੰ ਰਾਈਟ ਸਾਈਡ ਤੇ ਸੋਣਾ ਪੈਂਦਾ ਜਿੰਦਗੀ ਬਾਰ ਇਹ ਟਾਈਗਰ ਹਿੱਲਦੀ ਲੜਾਈ ਐਸੀ ਸੀ ਜਿਹਦੇ ਚ ਇੱਕ ਮੇਰੇ ਰਿਕਮੈਂਡੇਸ਼ਨ ਨਾਲ ਹੀ ਇੱਕ ਪਾਕਿਸਤਾਨ ਮੇਰੇ ਦੁਸ਼ਮਣ ਨੂੰ ਨਿਸ਼ਾਨੇ ਹਦਰ ਜਿਹੜਾ ਕਾਈਸਟ ਅਵਾਰਡ ਸੀ ਦੁਸ਼ਮਣ ਦਾ ਉਹ ਮਿਲਿਆ ਔਰ ਮੇਰੀ ਰਿਕਮੈਂਡੇਸ਼ਨ ਨਾਲ ਹੀ ਗਨੇਡੀ ਯੋਗਿੰਦਰ ਯਾਦਵ 18 ਗ੍ਰੇਡਿਸ ਦਾ ਜਿਹਨੂੰ ਪਰਮਵੀਚ ਇੱਕ ਮਿਲਿਆ ਜਿਹੜਾ ਕਿ ਸਾਡਾ ਅਪਤੋਵਰ ਬਹੁਤ ਵੱਡੀ ਗੱਲ ਹੈ ਜਿਹੜੀ ਕਿਸੇ ਦੇ ਵਾਸਤੇ ਉਹਨਾਂ ਦੇ ਜੋ ਵਾਲਿਦ ਨੇ ਉਹਨਾਂ ਦੇ ਫਾਦਰ ਨੇ ਕੈਪਟਨ ਆਸ਼ਰ ਖਾਨ ਨਿਕਲ ਕਰਾਇਆ ਜਿਹਨਾਂ ਨੂੰ ਇਨਾਮ ਹਜ਼ਰ ਮਿਲਿਆ ਉਹਦੇ ਚ ਉਹਨਾਂ ਨੇ ਲਿਖਿਆ ਕਿ ਅਸੀਂ ਬਹੁਤ ਮਸ਼ਕੂਰ ਹਾਂ ਆਪਣੇ ਦੁਸ਼ਮਨ ਦੇਸ਼ ਤੋਂ ਇਥੋਂ ਤੱਕ ਕਿ ਇਹਦੇ ਵੀ ਉਹਨਾਂ ਨੇ ਆਪਣੇ ਸ਼ਾਇਆ ਕੀਤੀ ਹੈ ਫੋਟੋ ਟੂ ਹੀਰੋਜ਼ ਆਫ ਟਾਈਗਰ ਇਹਨੂੰ ਨਾਲ ਮੇਰੀ ਫੋਟੋ ਨਾਲ ਇੱਕ ਸਾਈਡ ਤੇ ਇੱਕ ਸਾਈਡ ਤੇ ਕੈਪਟਨ ਆਸ਼ਰ ਖਾਨ ਦੀ ਹਿਸਟਰੀ ਚ ਪਹਿਲੀ ਵਾਰ ਹੈ ਪਹਿਲੀ ਵਾਰ ਹੀ ਖਿਆ ਔਰ ਨੀਚੇ ਲਿਖਿਆ ਲੈਟ ਦੇ ਬੀਨੋ ਵਾ ਤੁਸੀਂ ਕਰਨਲ ਸ਼ੇਰਖਾਂ ਦਾ ਜ਼ਿਕਰ ਕੀਤਾ ਮੁਸਤਾਫਾ ਵਾਲਾ ਹਿੱਸਾ ਹੈਗਾ ਉਹ ਉਹ ਵੀ ਇਹਦੇ ਨਾਲ ਹੀ ਜੁੜਦਾ ਇਹ ਕਿਵੇਂ ਕਰ ਰਹੇ ਸੀ ਉਹਨਾਂ ਨੇ ਕਿਹਾ ਸਿੱਧਾ ਹੀ ਮੈਨੂੰ ਸਿੱਧਾ ਹੀ ਬੋਲਿਆ ਯੂ ਮਸਟ ਰਿਟਰਨ ਥੀਸ ਬੋਡੀਜ਼ ਇਸ ਮਾਈ ਰਿਕਵੈਸਟ ਮਾਈ ਹੰਬਲ ਰਿਕਵੈਸਟ ਮੈਂ ਕਿਹਾ ਓਕੇ ਕਲ ਮੁਸਤਾਫਾ ਕਿ ਪਿਵਾ ਪਠਾਨ ਆਮਾਸੂ ਸਰਦਾਰ ਤੁਸੀਂ ਆਪਦੇ ਲੈਵਲ ਤੇ ਇੰਨੇ ਫੈਸਲੇ ਕਿਵੇਂ ਕਰ ਰਹੇ ਸੀਗੇ ਤੁਹਾਨੂੰ ਸਰਕਾਰ ਨੇ ਕਿਹਾ ਨਹੀਂ ਕਿ ਤੁਸੀਂ ਬਰਗੜੀਆਂ ਬਾਜੋ ਆਪਦੀ ਮਰਜ਼ੀ ਕਰੀ ਜਾਂਦੀ ਐ ਕੇ ਪੀ ਜੀ ਗੱਲ ਹੈ ਕਿ ਵਨ ਹੈਸ ਟੂ ਨੋਟ ਡੂ ਡਿਫਰੈਂਟ ਥਿੰਗ ਬਟ ਥਿੰਗਸ ਡਿਫਰੈਂਟ ਕਿ ਇਹ ਫੈਸਲੇ ਜਿਹੜੇ ਆ ਲੜਾਈ ਦੇ ਵਿੱਚ ਲੈਣੇ ਪੈਣਗੇ। ਮੈਂ ਪਹਿਲੀ ਤੁਹਾਨੂੰ ਮੈਂ ਮੋਸ਼ਨ ਦੇ ਦਿੱਤੀ। ਫੋਜੀ ਇਹ ਮੋਸ਼ਨ ਨਹੀਂ ਸੀ ਮਨਾਉਂਦਾ। ਕੰਬਿਆਖਾ ਤੁਸੀਂ ਆਪਾਈ ਸੀ ਤੁਸੀਂ ਚੱਲੇ ਗਏ। ਮੈਂ ਮੈਂ ਤੁਹਾਨੂੰ ਸਲੂਟ ਕਰਦਾ ਹਾਂ। ਤੁਹਾਡੀ ਮਾਂ ਨੂੰ ਵੀ ਸਲੂਟ। ਜਾਸਦੀ ਵੀ ਦੇਖ ਰਹੇ ਤੁਸੀਂ ਮੈਂ ਕੇਪੀ ਸਿੰਘ 뷰 ਪੁਆਇੰਟ ਤੇ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਕਰਗਲ ਵਿਜੇ ਦੇਵਸ ਤੁਸੀਂ ਹਰ ਸਾਲ ਮਨਾਉਂਦੇ ਹੋ। ਦੋ ਦਹਾਕਿਆਂ ਤੋਂ ਮਨਾ ਰਹੇ ਹੋ। ਸ਼ਾਇਦ ਤੁਹਾਨੂੰ ਅਜੇ ਤੱਕ ਇਹ ਨਹੀਂ ਪਤਾ ਹੋਊਗਾ ਕਿ ਕਾਰਗਿਲ ਵਿਜੇ ਦਿਵਸ ਅਸੀਂ 26 ਤਰੀਕ ਨੂੰ ਹੀ ਕਿਉਂ ਮਨਾ ਸਕਿਆ ਇੱਕ ਸ਼ਖਸ ਹੈ ਇਸ ਦੇ ਪਿੱਛੇ ਜਿਸ ਵਿਆਹ ਕਰਕੇ ਇਹ 26 ਤਰੀਕ ਨੂੰ ਕਾਰਗਿਲ ਵਿਜੇ ਦਿਵਸ ਮਨਾਇਆ ਜਾ ਰਿਹਾ ਹੈ ਉਸ ਸ਼ਖਸ ਦੇ ਬਾਰੇ ਬਹੁਤ ਕੁਝ ਦੱਸਿਆ ਜਾ ਸਕਦਾ ਮੈਂ ਜ਼ਿਆਦਾ ਕੁਝ ਨਹੀਂ ਬੋਲ ਸਕਦਾ ਕਿਉਂਕਿ ਜਿਹੜੀ ਸ਼ਖਸੀਅਤ ਸਾਡੇ ਨਾਲ ਮੌਜੂਦ ਹੈ ਕੀ ਹੈ ਉਹਨਾਂ ਤੋਂ ਸਭ ਕੁਝ ਪੁੱਛਾਂਗੇ ਬਰਗੇਡੀਰ ਐਮ ਪੀ ਐਸ ਪਾਜਵਾ ਕਾਰਗਿਲ ਚੰਗ ਦੇ ਹੀਰੋ ਟਾਈਗਰ ਹਿੱਲ ਦੇ ਹੀਰੋ ਬਰਗੜੀ ਰੈਂਪੀਅਸ ਪਾਜਾ ਭਾਇਓ ਸਭਪੋਸ ਸਵਾਗਤ ਹੈ ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੇ ਪੀਜੀ اور ਮੈਂ ਸਾਰੇ ਸ਼੍ਰੋਤਿਆਂ ਨੂੰ ਜਸ ਪੰਜਾਬੀ ਦੇ ਵੇਖਣ ਵਾਲਿਆਂ ਨੂੰ ਮੇਰਾ ਨਮਸਕਾਰ ਮੈਂ ਬਰਗੜੀਆ ਬਾਜਵਾ ਕਹਾ ਜਾਂ ਬਾਜ ਕਹਾ ਕੁਛ ਕਰਾਂ ਮੈਂ ਬਾਜ ਤੋਂ ਸ਼ੁਰੂਆਤ ਕਰਾਂ ਬਿਲਕੁਲ ਇਹ ਬਾਜ ਦੋ ਵਾਰ ਸ਼ਹੀਦ ਹੋ ਚੁੱਕਿਆ ਸੀਗਾ ਇਹ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਇਹ ਬਾਜ ਦੁਬਾਰਾ ਕਿਵੇਂ ਉੱਡ ਲੱਗ ਪਿਆ ਦੇਖੋ ਬਾਜ ਇੱਕ ਚੀਜ਼ ਐਸੀ ਹੈ ਪੰਛੀ ਜਿਹੜਾ ਕਿ ਬਹੁਤ ਉੱਪਰ ਉੱਡਦਾ ਔਰ 40 ਸਾਲ ਬਾਅਦ ਫਿਰ ਦੁਬਾਰਾ ਰਿਵਾਈਵ ਆਪਣੇ ਆਪ ਨੂੰ ਕਰਦਾ ਜਾ ਕੇ ਆਪਣੀ ਵੀਕ ਨੂੰ ਮਾਉਂਟੇਨਸ ਦੇ ਵਿੱਚ ਇਹ ਇੱਕ ਇਨਾ ਹਾਰਡ ਪੰਛੀ ਹੈ ਔਰ ਜਿਹੜਾ ਤੁਹਾਡੇ ਸਾਹਮਣੇ ਬੈਠਾ ਹੈ ਉਹ ਵੀ ਮੇਰੇ ਕਹ ਇੱਕ ਡਾਈ ਹਾਰਡ ਸੋਲਜਰ ਹੈ ਉਹ ਵੀ ਡਾਈ ਹਾਰਡ ਪੰਛੀ ਹੈ ਬਾਜ ਮੇਰਾ ਨਾਮ ਬਾਜ ਵਾਤ ਆਫਕੋਰਸ ਪਿਆ ਪਰ ਬਾਜ ਹੀ ਮੇਰਾ ਨਾਮ ਚੱਲਦਾ ਰਿਹਾ ਪੂਰੇ ਮੇਰੇ ਆਰਮੀ ਕੈਰੀਅਰ ਦੇ ਵਿੱਚ ਚਲੋ ਮੈਂ ਕੈਰੀਅਰ ਦੀ ਬਾਰੇ ਗੱਲ ਕਰੂੰਗਾ ਕਰਗਿਲ ਦੀ ਗੱਲ ਕਰੂੰਗਾ 48 ਟਾਂਕੇ ਲੱਗੇ ਹੋ ਤੁਹਾਡੇ 48 ਸਟਿਚਸ ਇਸ ਦੀ ਮੈਂ ਹਿਸਟਰੀ ਜਾਨਣਾ ਚਾਹੂੰਗਾ 48 ਟਾਂਕੀ ਕਿਵੇਂ ਲੱਗੇ ਕੇਪੀ ਜੀ ਪਹਿਲੀ ਗੱਲ ਤਾਂ 48 ਟਾਂਕੀ ਜਿਹੜੇ ਲੱਗੇ ਨੇ ਮੈਨੂੰ ਸਭ ਤੋਂ ਵੱਡਾ ਮੇਰਾ ਮਾਣ ਮੈਨੂੰ ਉਹਨਾਂ ਤੇ ਹੈ ਮੋਰ ਥੈਨ ਮੇਰੇ ਗੈਲੈਂਟਰੀ ਵਾਰਡ ਨੂੰ ਜਾਂ ਮੇਰੇ ਮੈਡਲਸ ਜਿਹੜੇ 15 ਜਿੱਤੇ ਨੇ ਇਸ ਕਰਕੇ ਕਿ ਕਿਉਂ ਜੋ ਇੱਕ ਸ਼ਾਨ ਮੈਂ ਸਮਝਦਾ ਕਿ ਇੱਕ ਸੋਲਜਰ ਦੀ 48 ਟਾਂਕੀ ਇਹਦਾ ਬੈਕਗ੍ਰਾਉਂਡ ਜਾਂ ਇਹਦੀ ਭੂਮਿਕਾ ਹਿੱਸਾ ਸੀ ਕਿ ਜਦੋਂ ਮੈਂ ਬ੍ਰਿਗੇਡਰ ਦੇ ਰੈਂਕ ਤੇ ਪੋਸਟ ਹੋਇਆ ਮੈਂ 192 ਬ੍ਰਿਗੇਡ 192 ਮਾਉਂਟਨ ਬ੍ਰਿਗੇਡ ਨੂੰ ਕਮਾਂਡ ਕੀਤਾ। ਔਰ ਮੇਰੀ ਪੋਸਟਿੰਗ ਹੋਈ ਜੇਨਕੇਚ। ਨਾਰਥ ਕਸ਼ਮੀਰ ਦੇ ਵਿੱਚ ਤੁਹਾਨੂੰ ਪਤਾ ਜੀ ਇਨਸਰਜੈਂਸੀ ਯਰ ਟੈਰਰਿਜ਼ਮ ਕਿਹੜੇ ਹਾਲਤ ਸਨ। 97 ਚ ਜਦੋਂ ਹੀ ਮੇਰੀ ਪੋਸਟਿੰਗ ਹੋਈ ਤੇ ਟੈਰਰਿਜ਼ਮ ਚ ਅਸੀਂ ਲੱਗ ਗਏ। ਆਪਣਾ ਸਫਾਇਆ ਕੀਤਾ ਇਸ ਇਲਾਕੇ ਚ ਜੋ ਵੀ ਮੈਨੂੰ ਟਾਸਕ ਮਿਲਿਆ ਗਿਆ। ਟਾਸਕ ਕਰਦਿਆਂ ਕਰਦਿਆਂ ਕੁਝ ਉਹਨਾਂ ਦੇ ਵੱਡੇ ਵੱਡੇ ਜੋ ਮਾਰੇ ਗਏ ਲੀਡਰਸ ਉਸ ਟਾਈਮ ਦੇ ਉੱਤੇ ਇਸ ਬਲ ਮਜਾਇਦੀਨ ਦੇ ਜਾਂ ਜੋ ਵੀ ਉਹਨਾਂ ਨੇ ਕਿਸੇ ਤਰੀਕੇ ਵੀ ਚੈਲੰਜ ਕਰਤਾ ਕਿ ਅਸੀਂ ਬਰਗੇੜੀ ਬਾਜਵਾ ਨੂੰ ਨਹੀਂ ਛੱਡਾਂ ਮੈਂ ਕਹਾਂ ਛੱਡਣ ਵਾਲਾ ਤੇ ਉੱਪਰ ਵਾਲਾ ਹੈ ਤੁਸੀਂ ਕੌਣ ਹੁੰਦੇ ਆ ਮੈਂ ਕੌਣ ਇੱਕ ਦਿਨ ਅਚਾਨਕ 1998 'ਚ ਇੱਕ ਸਾਲ ਮੇਰੇ ਟਿਕੋਰ ਕਰਨ ਤੋਂ ਬਾਅਦ 14 ਅਗਸਤ 98 ਦੇ ਵਿੱਚ ਮੈਨੂੰ ਉਹਨਾਂ ਨੇ ਆਡੀਅੰਸ ਨਾਲ ਮੇਰੀ ਗੱਡੀ ਨੂੰ ਉਡਾਤਾ ਜਿੱਚਕ ਮੈਂ ਔਰ ਰੱਖਣ ਵਾਲਾ ਹੁੰਦਾ ਉਹ ਕਹਿੰਦਾ ਜਿਹਦਾ ਸਾਬ ਡਾਡਾ ਹੋਏ ਉਹਨੂੰ ਮਾਰ ਸਕੇ ਨਾ ਕੋਈ ਹੂੰ ਉਹ ਸਮਝ ਲੋ ਜਾਂ ਜਿਸ ਕੋ ਰਾਖੇ ਸਾਈਆਂ ਮਾਰ ਸਕੈ ਨਾ ਕੋਈ ਕੁਛ ਕਹਿ ਲੋ 3 ਸੈਕਿੰਡ ਦੀ ਫਰਕ ਪਿਆ ਔਰ ਮੈਂ ਜ਼ਿੰਦਾ ਬਚ ਗਿਆ ਪਰ ਲੋ ਲਾਨ ਸੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਸੀ ਮੈਨੂੰ ਹੈਲੀਕਾਪਟਰ ਨਾਲ ਐਵੇਕੂਏਟ ਕਰਕੇ ਤੇ ਸਿਰਿੰਗਰ ਐਮ ਐਚ ਉਸ ਤੋਂ ਬਾਅਦ ਅਲੱਗ-ਅਲੱਗ ਹਸਪੀਟਲਸ 'ਚ ਮੈਨੂੰ ਲਗਾਇਆ ਗਿਆ ਜਿੱਥੇ ਕਿ ਮੇਰੇ ਇਹ ਟਾਂਕੇ ਜਿਹੜੇ ਨੇ ਮੇਰੀ ਇੱਕ ਕਿਤੇ ਕਿਤੇ ਲੱਗੇ ਹੋਏ ਟਾਂਕੇ ਤੁਹਾਡੇ ਇਹ ਗਲੇ ਤੇ ਨੇ ਜੀ ਜਿਹੜੇ 13 ਟਾਂਕੇ ਨੇ ਜਿਹਦੇ ਕਿ ਮੇਰਾ ਗਲਾ ਕੱਟ ਕੇ ਮੇਰਾ ਆਪਰੇਸ਼ਨ ਕੀਤਾ ਗਿਆ ਔਰ ਜਦੋਂ ਇੱਕ ਡਾਕਟਰ ਨੇ ਮੈਨੂੰ ਕਿਹਾ 50% ਚਾਂਸਸ ਹੈ ਮੈਂ ਕਿ ਜੇ 10% ਵੀ ਨੇ ਫਿਰ ਵੀ ਕਰ ਲਵਾਂ। ਕਟਣਾ ਪਿਆ ਕਿਉਂਕਿ ਉਹ ਸੈਂਸਿਟਿਵ ਆਪਰੇਸ਼ਨ ਸੀ। ਮੇਰੀ ਆ ਬਾਜੂ ਸਾਰੀ ਏ। ਅੱਖ ਤੇ ਮੇਰੇ ਆ ਬਿਲਕੁਲ ਅੱਖ ਇਹਨਾਂ ਨੇ ਡਿਕਲੇਅਰ ਕਰਤਾ ਸਭ ਅੱਖ ਨਹੀਂ ਰਹੀ। ਪਰ ਉਹਦੇ ਨਾਲ 6-7 ਟਾਂਕੇ ਇੱਥੇ ਨੇ। ਇਸ ਤਰ੍ਹਾਂ ਹੀ ਕਰਦੇ ਕਰਦੇ ਮੇਰੇ ਹਰ ਇੱਕ ਮੇਰੇ ਖਿਆਲ ਗਿਣ ਕੇ ਮੈਂ ਦਸਾਂ ਤੇ ਮੇਰੇ ਕੋਲ 48 ਟਾਂਕੇ ਨੇ। 40 ਐਕਚੁਅਲੀ ਉੱਤੇ ਲੱਗੇ 8 ਕਰਗਿਲ ਲਈ ਦੇ ਵਿੱਚ ਲੱਗੇ 98 ਦੇ ਵਿੱਚ ਤੁਹਾਨੂੰ ਏ ਟਾਂਕੇ ਲੱਗੇ 98 ਦੇ ਵਿੱਚ ਤੁਹਾਡੇ ਹਾਂ ਗਲਾ ਤੱਕ ਹਾਂਜੀ ਬਿਲਕੁਲ ਉਸ ਤੋਂ ਬਾਅਦ ਫਿਰ ਹਾਂਜੀ ਮੈਂ ਕਿ ਕਰਗਿਲ ਲਈ ਇਹ ਬਾਜ ਫਿੱਟ ਕਿਵੇਂ ਹੋ ਗਿਆ ਬਾਜ ਨੂੰ ਫਿੱਟ ਹੋਣਾ ਪੈਂਦਾ ਹਾਂ ਬਾਜ ਪੰਛੀ ਆ ਤਾਂ ਔਰ ਸੋਲજર ਆ ਤਾਂ ਕਿ ਸਾਰੇ ਟਾਂਕੇ ਠੀਕ ਠਾਕ ਕਰਕੇ ਮੈਂ ਉਹ 3-4 ਮਹੀਨੇ ਬਾਜ ਰੋ ਸਾਰਾ ਕੁਝ ਕਰਵਾ ਕੇ ਆਪਰੇਸ਼ਨ ਫਿਰ ਵਾਪਸ ਆਇਆ ਤੇ ਡਾਕਟਰ ਜੀ ਮੈਨੂੰ ਕਿਹਾ ਕਿ ਤੁਹਾਡੇ ਬ੍ਰਿਗੇਡਰ ਸਾਹਿਬ ਅਨੁਸਾਰੀ ਕੈਟੇਗਰੀ ਕਰਕੇ ਪੀਸ ਸਟੇਸ਼ਨ ਚ ਭੇਜਣਾ ਚਾਹੁੰਦੇ ਆ ਮੈਂ ਕਿ ਕਦੀ ਨਹੀਂ ਹੋ ਸਕਦਾ ਜੇਕਰ ਮੈਂ ਕਰ ਸਕਨਾ ਵਾਂ ਮੈਂ ਤੁਹਾਡੇ ਸਾਹਮਣੇ ਫੇਟਾਂ ਔਰ ਮੈਂ ਆਪਣੇ ਆਪ ਨੂੰ ਫੇਟ ਸਮਝਦਾ ਵਾਂ ਮੈਂ ਆਪਣਾ ਜਾਕੇ ਸਫਾਇਆ ਕਰਨਾ ਮੈਂ ਆਪਣਾ ਜਿਹੜਾ ਮੇਰਾ ਇਹ ਅਧੂਰਾ ਰਹਿ ਗਿਆ ਕੰਮ ਕਿਉਂਕਿ ਪਾਕਿਸਤਾਨ ਨੇ ਡਿਕਲੇਅਰ ਕੀਤਾ ਸੀ 3 ਦਿਨ ਕਿ ਬ੍ਰਿਗੇਡੇ ਬਾਜੂਦ ਮਰਿਆ ਕਰਾਰ ਦਿੱਤਾ ਸੀ ਉਹਨੇ ਇਧਰ ਜੇ ਕਰਾਰ ਦਿੰਦੇ ਸ਼ਹੀਦ ਕਹਿਣਾ ਸੀ ਉਹਨਾਂ ਨੇ ਮਰਿਆ ਕਰਾਰ ਦਿੱਤਾ ਹਾਂਜੀ ਉਹਨਾਂ ਮਰਿਆ ਤੇ ਔਰ ਉਹਨਾਂ ਨੇ ਨਾਮ ਹੀ ਦਿੱਤਾ ਸੀ ਉਹਨਾਂ ਨੂੰ ਕਿੰਨਾ 50 ਲੱਖ ਰੁਪਿਆ ਜਿਸ ਆਦਮੀ ਨੇ ਉਹਨਾਂ ਆਖਿਆ ਵੀ ਇਹਨੇ ਮਾਰਿਆ ਸੀ ਉਹਨੂੰ 50 ਲੱਖ ਰੁਪਿਆ ਦਿੱ ਉਹ ਗੱਲ ਵੱਖਰੀ ਕਿ ਦੁਬਾਰਾ ਮੈਂ ਜੋ ਚਲਾ ਗਿਆ ਠੀਕ ਹੋ ਕੇ ਤੇ ਫਿਰ ਉਹਨੇ 60 ਲੱਖ ਕਰਤਾ ਪਰ ਕੇਪੀ ਜੀ ਉਦੋਂ ਮੈਨੂੰ ਇਹ ਨਹੀਂ ਪਤਾ ਕਿ ਮੇਰੇ ਲਈ ਇੱਕ ਹੋਰ ਵੀ ਬੜੀ ਚੀਜ਼ ਹੈ ਕਿ ਜੋ ਮੈਂ ਮੇਰੇ ਲਈ ਕੰਮ ਪ੍ਰਮਾਤਮਾ ਨੇ ਰੱਖਿਆ ਤਾਂ ਕਰਕੇ ਮੈਨੂੰ ਸ਼ਾਇਦ ਉਹਨੇ ਬਚਾਇਆ ਇਸ ਬਾਜ਼ ਨੂੰ ਉਹ ਜਦੋਂ ਮੈਂ ਵਾਪਸ ਪਹੁੰਚਿਆ ਉਦੋਂ ਹੀ ਸ਼ੁਰੂ 199 ਆ ਗਿਆ ਔਰ ਕਾਰਗਿਲ ਵਾਰ ਸ਼ੁਰੂ ਹੋ ਗਈ April May ਦੇ ਵਿੱਚ ਸਾਨੂੰ ਆਰਡਰ ਆ ਗਏ ਕਿ ਤੁਸੀਂ ਕਾਰਗਿਲ ਵਾਰ ਦੇ ਵਿੱਚ ਜਾਣਾ ਇੱਕ ਖੁਸ਼ੀ ਦਾ ਫਿਰ ਦਿਨ ਆ ਗਿਆ ਕਿ ਇੱਕ ਪਹਿਲਾਂ ਕਿਉਂ ਜੋ ਮੈਂ 71 ਵਾਰ ਵੀ ਲੜੀਏ ਇੱਕ ਬੈਪਟਾਈਜ਼ ਕਰਨਾ ਇੱਕ ਨੂੰ ਸ਼ੁਰੂ ਚ ਤੁਸੀਂ ਟੇਸਟ ਦਾ ਬਲੱਡ 2 ਸਾਲ ਦੀ ਯੰਗ ਸਰਵਿਸ ਦੇ ਵਿੱਚ ਔਰ 22 ਸਾਲ ਦੀ ਉਮਰ ਚ ਉਹ ਮੇਰਾ ਖਿਆਲ ਸਭ ਤੋਂ ਵੱਡੀ ਇੱਕ ਚੀਜ਼ ਹੁੰਦੀ ਹੈ ਕਿਸੇ ਫੌਜੀ ਲਈ ਕਿ ਉਹਨੂੰ ਐਕਸਪੀਰੀਅੰਸ ਹੋਣਾ ਸਿਰਫ ਪੇਪਰ ਦੀ ਲੜਾਈ ਨਹੀਂ ਜੇ ਹੁੰਦਾ ਜਿਵੇਂ ਇੱਕ ਵਕੀਲ ਨੇ ਕੁਝ ਦਿਨਾਂ ਚ ਕੇਸ ਨਹੀਂ ਲੜਿਆ ਉਹਨਾਂ ਦੇ ਲਾ ਬੁੱਕਸ ਪੜ੍ਹ ਕੇ ਕੋਈ ਫਾਇਦਾ ਨਹੀਂ ਇਸ ਕਰਕੇ ਮੈਨੂੰ ਪਹਿਲਾ ਐਕਸਪੀਰੀਅੰਸ ਉਹ ਮਿਲਿਆ ਸੀ 2 ਸਾਲ ਦੀ ਸਰਵਿਸ ਚ ਔਰ ਹੁਣ ਦੂਸਰਾ ਸੀ ਮੈਂ ਬਹੁਤ ਖੁਸ਼ ਸੀ ਕਿ ਮੇਰੇ ਸਰਵਿਸ ਚ ਮੈਨੂੰ ਬਹੁਤ ਘੱਟ ਫੌਜੀ ਨੇ ਜਿਨ੍ਹਾਂ ਨੂੰ ਇੱਕ ਇਹ ਮਿਲਦਾ ਹੈਗਾ ਇੱਜ਼ਤ ਕਿ ਉਹ ਦੋ ਵਾਰਸ ਵੇਖ ਸਕੇ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਇੰਨਾ ਕੁਝ ਹੋਣ ਦੇ ਬਾਵਜੂਦ ਬੰਦਾ ਤੇ ਸੋਚਣ ਲੱਗ ਪੰਦਾ ਹੁਣ ਜੇ ਤੁਹਾਡੀ ਆਪ ਦੀ ਆਰਮੀ ਤੁਹਾਨੂੰ ਕਹਿ ਰਹੀ ਹੈ ਤੁਹਾਡੇ ਅਫਸਰ ਕਹਿ ਰਿਹਾ ਭਾਈ ਹੁਣ ਬਾਜਵਾ ਆਰਾਮ ਕਰੋ ਬਾਜ ਹੁਣ ਉਡਣਾ ਨਹੀਂਗਾ ਤੇ ਬਾਜ ਕਹਿੰਦਾ ਮੈਂ ਉਡਣਾ ਹੀ ਨਹੀਂਗਾ ਨਹੀਂ ਬੰਦਾ ਤਾਂ ਹੌਸਲਾ ਹਾਰ ਜਾਂਦਾ ਤੁਸੀਂ ਹੌਸਲਾ ਬਣਾ ਕੇ ਰੱਖਿਆ ਇਹ ਪੋਸੀਬਲ ਕਿਵੇਂ ਹੈ ਪੋਸੀਬਲ ਪਰਮਾਤਮਾ ਦੀ ਸ਼ਕਤੀ ਪੋਸੀਬਲ ਮੇਰਾ ਦ੍ਰਿੜ ਨਿਸ਼ਚੈ ਪੋਸੀਬਲ ਤਾਂ ਹੁੰਦਾ ਜੇ ਕੋਈ ਮਨ ਦੇ ਵਿੱਚ ਹੋਏ ਕਿ ਇਹ ਜ਼ਰੂਰ ਮੈਂ ਕੰਮ ਕਰਨਾ ਹੈ ਉਹ ਜਿਹੜਾ ਜਿਹੜੇ ਨਿਸ਼ਚੇ ਉਹ ਜੋ ਜੋ ਤੁਸੀਂ ਚਾਹਤ ਤੁਹਾਡੀ ਹੈ ਕੀ ਤੁਹਾਡੇ ਅਸਲ ਦੇ ਵਿੱਚ ਜੋ ਤੁਹਾਡੇ ਚ ਹੈ ਉਹ ਬਾਜਵਾਲੀ ਕਰਨ ਤੇ ਆਪਣੇ ਆਪ ਹੀ ਇਹ ਨਿਸ਼ਚੇ ਹੋ ਜਾਂਦਾ ਆਪਣੇ ਆਪ ਹੀ ਆ ਜਾਂਦਾ ਹੈ ਉਹ ਤਦ ਤਾਰਾ ਕਰ ਕਰਨ ਦੇ ਵਿੱਚ ਕੇਪੀਜੀ ਜਦੋਂ ਮੈਨੂੰ ਬੁਲਾਇਆ ਗਿਆ 26 ਜੂਨ ਨੂੰ ਮੈਨੂੰ ਟਾਸਕ ਮਿਲਿਆ ਮੇਰੇ ਜੀਓਸੀ ਸਾਹਿਬ ਨੇ ਮੈਨੂੰ ਮिजਲ ਮਹਿੰਦਰ ਪੁਲੀਸਾਨ ਨੂੰ ਉਹਨਾਂ ਨੇ ਕਿਹਾ ਕਿ ਬਾਅਦ ਮੇਰਾ ਨਾਮ ਹੈ ਉਹ ਬਾਜੀ ਸਾਰੇ ਬੁਲਾਉਂਦੇ ਸੀ ਮੇਰੇ ਬਾਏ ਤੁਹਾਡਾ ਕੋਡ ਵੀ ਸੀ ਕੋਡ ਵੀ ਹਾਂ ਉਹਨਾਂ ਨੇ ਕਿਹਾ ਬਾਅਦ ਦੇ ਕੋਲ ਇੱਕ ਬਹੁਤ ਅਹਿਮ ਅਬਜੈਕਟਿਵ ਦਿਨ ਦਿੱਤਾ ਜਾ ਰਿਹਾ ਉਹਦਾ ਨਾਮ ਟੈਗਰ ਹੈ ਕੋਈ ਤਾਂ ਜਾਇਆ ਸੀ ਮੈਂ ਵਿਖਿਆ ਨਹੀਂ ਸੀ ਫਾਇਰਿੰਗ ਕਾਫੀ ਹੋ ਰਹੀ ਸੀ ਸ਼ੈਲਿੰਗ ਹੋ ਰਹੀ ਸੀ ਦੁਸ਼ਮਨ ਦੀ ਰੋਡ ਤੋਂ ਨਿਕਲਣਾ ਮੁਸ਼ਕਲ ਸੀ ਦਰਾਸ ਤੱਕ ਜਾਣਾ ਉਹਨਾਂ ਡਿਵਰਟ ਕੁਆਟਰ ਸੀ ਮਗਲਪੁਰਾ ਜਗਾ ਦੇ ਮੈਂ ਕਿਹਾ ਕੋਈ ਨਹੀਂ ਸਰ No problem ਉਹਨਾਂ ਹੱਸ ਕੇ ਕਿਹਾ ਤੂੰ ਮੇ ਹਰੀਸ਼ਾ ਕਹਿ ਰਿਹਾ No problem ਮੈਂ ਕਿਹਾ ਸਰ ਮੈਂ ਟੈਰਰਿਜ਼ਮ ਚ ਵੀ ਕਹਾਂ No problem ਕਦੀ ਪ੍ਰੋਬਲਮ ਹੋਣੀ ਨਹੀਂ ਦਿੱਤੀ ਮੈਂ ਪਹਿਲਾਂ ਹੀ ਪ੍ਰੋਬਲਮ ਲੈ ਕੇ ਆਵਾਂਗਾ ਤਾਂ ਸੋਲੂਸ਼ਨ ਕੀ ਹੋਏਗਾ ਤੁਸੀਂ ਯੂ ਮਸਟ ਹੈਵ ਗਿਵਨ ਹੈ ਸੌਫਟਵੇਅਰ ਕਿ ਮੈਂ ਬਾਜ ਨੂੰ ਇਹ ਕੰਮ ਦੇ ਰਿਹਾ ਹਾਂ ਤੇ ਬਾਜ ਦੇ ਕਾਬਿਲ ਹੋਏਗਾ ਕਰਨ ਦਾ ਹੱਸ ਕੇ ਕਹਿੰਦੇ ਠੀਕ ਹੈ ਤੂੰ ਜਾ ਦਰਾਸ ਅਗਲੇ ਦਿਨ ਰੈਕੀ ਕਰਕੇ ਫਿਰ ਸਾਨੂੰ ਪਲਾਨ ਆਪਣੀ ਦੇ ਵੀ ਕਿਵੇਂ ਤੂੰ ਕੰਮ ਚਾਹੁੰਦਾ ਹੈ ਤੂੰ ਮੈਂ ਰਾਤ ਜਾ ਕੇ ਕੱਟੀ ਜਦੋਂ ਕੇਪੀਜੀ 27 ਨੂੰ ਸਵੇਰੇ ਜਦੋਂ ਮੈਂ ਉੱਠਿਆ ਬੜੀ ਸਵੇਰੇ ਬਹੁਤ ਚਮਕਦੀ ਧੁੱਪ ਸੀ ਸਿਰੇ ਸਿਰੇ ਸਭ ਤੋਂ ਪਹਿਲਾਂ ਮੈਂ ਵੇਖਿਆ ਟਾਈਗਰ ਹਿੱਲ ਵਾਲਾ ਤੇ ਕੇਪੀਜੀ ਟਾਈਗਰ ਹਿੱਲ ਨੂੰ ਵੇਖ ਕੇ ਖੱਬੇ ਪਾਸੇ ਵੇਖਿਆ ਤੇ ਉਹ ਸਾਡੇ ਅਮਰਨਾਥ ਸਮਰਨ ਨਜ਼ਰ ਆਉਂਦੀ ਪਹਾੜੀਆਂ ਔਰ ਨਾਲ ਹੀ ਮੈਨੂੰ ਸ੍ਰੀ ਗੋਬਿੰਦ ਸਿੰਘ ਜੀ ਦੀ ਉਹ ਤੋਕ ਯਾਦ ਆ ਗਈ ਜਾਂ ਜੋ ਉਹਨਾਂ ਨੇ ਚੁਪਾਈ ਦੇਸ਼ ਵਾਬਰ ਮੋਹ ਇਹ ਸ਼ੁਭ ਕਰਮਨ ਤੇ ਕਬੂ ਨਾ ਟਰੂ ਨਾ ਟਰੂ ਅਰਸੋ ਜਬ ਜਾਇ ਲਰੋ ਨਿਸ਼ਚੇ ਕਰ ਆਪਣੀ ਜੀਤ ਜੋ ਨਿਸ਼ਚੇ ਕੇ ਪੀ ਜੀ ਹੁੰਦਾ ਨਾ ਉਹ ਦ੍ਰਿੜ ਵਿਸ਼ਵਾਸ ਜੋ ਵੀ ਕਰਨਾ ਹੋਏ ਕੰਮ ਤੁਸੀਂ ਜ਼ਿੰਦਗੀ ਚ ਉਹ ਨਿਸ਼ਚੇ ਕਰਨਾ ਇੱਕ ਬਹੁਤ ਜ਼ਰੂਰੀ ਹੈ ਉਸ ਦਿਨ ਹੀ ਮੈਂ ਸ਼ਿਵ ਜੀ ਨੂੰ ਇਹ ਕਹਿ ਕੇ ਠੀਕ ਦੇਸ਼ ਵਾਬਰ ਮੋਹ ਕਿ ਨਿਸ਼ਚੈ ਕਰ ਲਿਆ ਕਿ ਮੈਂ ਟਾਈਗਰ ਹਿੱਲ ਜਾਂ ਜੋ ਮੇਨ ਉਹਬਜੈਕਟਿਵ ਜਾਂ ਟਾਸਕ ਮੈਂ ਆ ਉਹਨਾਂ ਨੂੰ ਪੂਰਾ ਕਰਾਂਗਾ ਮੈਂ ਇੱਕ ਛੋਟਾ ਬ੍ਰੇਕ ਲੈ ਲਵਾਂ ਪਲੀਜ਼ ਇੱਕ ਛੋਟਾ ਬ੍ਰੇਕ ਲਵਾਂਗੇ ਬ੍ਰੇਕ ਤੋਂ ਵਾਪਸ ਆਵਾਂਗੇ ਕਰਗਿਲ ਫਤਿਹ ਕੀਤੀ ਕੀ ਹੈ ਤੇ ਮੈਂ ਪਹਿਲਾਂ ਵੀ ਇਹ ਗੱਲ ਕਹਿ ਚੁੱਕਿਆ ਕਿ 26 ਤਰੀਕ ਨੂੰ ਅਸੀਂ ਕਰਗਿਲ ਵਿਜੇ ਦਿਵਸ ਕਿਉਂ ਮਨਾ ਰਹੇ ਹਾਂ ਉਸ ਦੀ ਵਚਾ ਇਹ ਬਾਜ ਨੇ ਬਾਜਵਾ ਜੀ ਨੇ ਜਿਹੜੇ ਸਾਡੇ ਸਾਹਮਣੇ ਬੈਠੇ ਐ ਇਸ ਤੋਂ ਇਲਾਵਾ ਇੱਕ ਬਹੁਤ ਹੀ ਮਹੱਤਵਪੂਰਨ ਪਾਲਾ ਜਿਹੜੇ ਉਹ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਦਰਜ ਹੋਇਆ ਤੇ ਕੋਈ ਅਵੱਲਾ ਹੀ ਅਫਸਰ ਹੁੰਦਾ ਬਲੱਖਨ ਅਫਸਰ ਹੁੰਦਾ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚ ਇਹ ਪਾਲ ਹੁੰਦੇ ਉਹ ਕਿਹੜੇ ਪਾਲ ਹੈ ਬ੍ਰਿਗੇਡ ਬਾਦ ਵਾਪਸ ਆ ਕੇ ਉਹ ਵੀ ਸਾਂਝੇ ਕਰਾਂਗੇ ਇੱਕ ਵਾਰ ਫੇਰ ਤੁਹਾਡਾ ਸਵਾਗਤ ਕਰਦੇ ਹਾਂ ਤੇ ਬ੍ਰਿਗੇਡੀਅਰ ਬਾਜਵਾ ਸਾਡੇ ਨਾਲ ਮੌਜੂਦ ਹੈਗੇ ਬਾਜਵਾ ਸਾਹਿਬ ਬਹੁਤ ਚੀਜ਼ਾਂ ਮੈਂ ਤੁਹਾਡੇ ਬਾਰੇ ਪੜੀਆਂ ਰਿਸਰਚ ਕੀਤੀ ਮੈਂ ਉਹ ਚੀਜ਼ਾਂ ਆਪਦੇ ਮੂੰਹੋਂ ਵੀ ਬੋਲ ਸਕਦਾ ਪਰ ਨਹੀਂ ਮੈਂ ਬੋਲ ਰਿਹਾ ਕਿਉਂਕਿ ਮੈਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦਾ ਹੈ ਬ੍ਰਿਗੇਡ ਬਾਜਵਾ 26 ਤਰੀਕ ਨੂੰ ਹੀ ਕਰਗਲ ਵਿਜੇ ਦਿਵਸ ਕਿਉਂ ਆ ਰਿਹਾ ਤੇ ਜੋ ਤੁਹਾਡੇ ਬਾਰੇ ਮੈਂ ਸਰਚ ਕੀਤੀ ਹੈ ਜੇ ਉਦਾਂ ਹੀ ਸਭ ਕੁਝ ਚੱਲਦਾ ਰਹਿੰਦਾ ਤੇ 29 ਤੱਕ ਚਲਾ ਜਾਣਾ ਸੀ 28 29 ਤੱਕ ਹੋ ਜਾਣਾ ਸੀ ਜੇ ਮੈਂ ਗਲਤ ਹਾਂ ਤਾਂ ਮੈਨੂੰ ਕਰੈਕਟ ਕਰ ਦਿਓ ਕੇ ਪੀਜੀ ਪਹਿਲਾਂ ਟਾਈਗਰ ਹਿੱਲ ਦਾ ਜਿਹੜਾ ਮੈਨੂੰ ਟਾਸਕ ਮਿਲਿਆ ਮੈਂ ਜੋ ਵਿਜੇ ਪਾਪਤ ਕੀਤੀ ਉਹ ਤੁਹਾਨੂੰ ਦੱਸਿਆ ਕਿ ਜਿਵੇਂ ਤੁਸੀਂ ਪੜਿਆ ਹੋਣਾ ਹੈ ਕਿ ਉਹਦੇ ਵਿੱਚ ਇੱਕ ਕਵਾਂਟਾ ਅਟੈਕ 8 ਸਿੱਕੇ ਦੇ ਉੱਤੇ ਜਿਹੜੇ ਮੈਂ ਉਹਨੂੰ ਖੱਬੇ ਹੱਥ ਚੜਾਇਆ ਸੀ ਪਹਾੜੀ ਤੇ ਸਾਊਥ-ਵੈਸਟਰ ਰਿਜ ਲਾਈਨ ਤੇ ਔਰ ਉਪਰੋਂ ਕਬਜ਼ਾ ਮੈਂ ਕਰ ਲਿਆ ਸੀ ਟਾਈਗਰ ਟਾਪ ਤੇ ਜਦੋਂ ਕਿ 4 ਤਰੀਕ ਨੂੰ ਚਾਰ ਸਵੇਰੇ 4 ਜੁਲਾਈ ਨੂੰ ਮੈਂ ਪਹਿਲਾ ਅਹਿਮ ਆਬਜੈਕਟਿਵ ਨੂੰ ਫਤਿਹ ਕਰ ਲਿਆ ਸੀ ਬਾਅਦ ਚ ਉਹਨਾਂ ਦਾ ਕਾਉਂਟਰ ਅਟੈਕ ਆਇਆ ਤੇ ਉਹਨਾਂ ਦੇ ਕਾਉਂਟਰ ਅਟੈਕ ਦੇ ਵਿੱਚ ਇੱਕ ਟ੍ਰੈਕ ਸੂਚ ਉਹਨਾਂ ਸਾਰੇ ਕੁਰਤੇ ਪਜਾਮੇ ਪਾਏ ਸੀ ਕਾਲੇ ਉਹਨਾਂ ਦੇ ਐਨਮੀ ਨੇ ਪਾਕਿਸਤਾਨੀ ਸੀ ਨੇ ਉਹਨਾਂ ਚੋਂ ਇੱਕ ਸੀ ਜਿਹੜਾ ਕਿ ਟ੍ਰੈਕ ਸੂ ਪਾਇਆ ਸੀ ਉਹ ਜਿਹੜਾ ਗਲੀਡ ਕਰ ਰਿਹਾ ਸੀ ਵਾਰ 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 ਉਹਨਾਂ ਨੂੰ ਮੈਂ ਸ਼ਾਰਟ ਚੇਜ ਦੱਸਣਾ ਚਾਹਾਂਗਾ ਕਿ ਉਸ ਆਪਸ਼ਨ ਨੇ ਖਸ 88 ਸਿੱਖ ਦੇ ਵਿੱਚ 50 ਬੰਦੇ ਸੀ ਜਿਹੜੇ ਗਏ ਸਨ ਉੱਪਰ 88 ਚਾਰ ਅਫਸਰ ਚਾਰ ਅਫਸਰ ਚਾਰ ਜੇਸੀ ਤੇ ਛਾੜੀ ਜਵਾਨ ਐਸੀ ਸਿਚੁਏਸ਼ਨ ਆ ਗਈ ਸਾਰਾ ਗਾੜੀ ਵਰਗੀ ਕਿ ਜਿਵੇਂ ਜੇ ਦੋਵੇਂ ਅਫਸਰ ਜ਼ਖਮੀ ਸਨ ਚਾਰ ਜੇਸੀ ਚੋਂ ਤਿੰਨ ਸ਼ਹੀਦ ਹੋ ਚੁੱਕੇ ਸਨ 18 ਜਵਾਨ ਸ਼ਹੀਦ ਹੋ ਚੁੱਕੇ ਸਨ 15 ਜ਼ਖਮੀ ਸਨ ਉਹਨਾਂ ਦੇ ਵੀ ਕਾਫੀ ਮਾਰੇ ਗਏ ਸੀ ਗੁਥਮ ਘੱਥਾ ਦੀ ਲੜਾਈ ਹੋਈ ਜਿਹਦੇ ਚ ਇੱਕ ਅਖੀਰ ਤੇ ਮੈਨੂੰ ਸੁਬੇਦਾਨ ਨਿਰਮਲ ਸਿੰਘ ਉਹ ਬਾਚਾਰਨ ਬਾਅਦ ਚ ਕੋਰੀ ਲਗੀ ਸ਼ਹੀਦ ਹੋ ਗਏ ਵੀ ਉਨੂੰ ਮੈਂ ਕਿਹਾ ਕਿ ਇਹ ਲੜਕਾ ਲਾਗੇ ਹੈਗਾ ਸਤਪਾਲ ਉਹ ਕਹਿੰਦਾ ਯੋ ਗੋਲੀ ਲੱਗੀ ਦੋ ਵਾਰੀ ਬਸਟ ਮੈਂ ਕਿਹਾ ਕੋ ਇਹ ਇੱਕ ਟ੍ਰੈਕਸੂਟ ਵਾਲਾ ਹੈ ਇਹਨੂੰ ਨਿਸ਼ਾਨਾ ਬਣਾਏ ਇਹ ਮੋਟੀਵੇਟ ਕਰ ਰਿਹਾ ਮੈਨੂੰ ਲੱਗਦਾ ਇਹ ਆਫਸਰ ਹੈ ਬਾਮੀ ਉਹਨਾਂ ਦਾ ਆਫਸਰ ਮੈਂ ਕਦੀ ਵੇਖਿਆ ਨਹੀਂ ਸੀ 71 ਵਾਰਚ ਕੋਈ ਜਿਹੜਾ ਲੀਡ ਕਰਦਾ ਹੋਵੇ ਕਦੀ ਲੀਡ ਨਹੀਂ ਕਰਦਾ ਵੇਖਿਆ ਯਾਰ ਜਦੋਂ ਇਹ ਮਰਿਆ ਸਭ ਪੱਜ ਗਏ ਬਾਅਦ ਅਸੀਂ 30 ਬਾਡੀਜ਼ ਉਹਨੇ ਦੀ ਦਫਨਾਈਆਂ ਟਾਈਗਰ ਹਿੱਲ ਸਾਡੇ ਕਬਜ਼ੇ ਸੀ ਅਜੇ ਕਿ ਪਾਕਿਸਤਾਨ ਨੂੰ ਮਨਜ਼ੂਰ ਨਹੀਂ ਸੀ ਮੈਨੂੰ ਪਤਾ ਸੀ ਕਿ ਇਹਨੇ ਕਾਉਂਟਰ ਅਟੈਕ ਹੋਣਾ ਨਵਾਜ਼ ਸ਼ੀਬ ਨੂੰ ਫਿਰ ਆਰਡਰ ਦਿੱਤਾ ਗਿਆ ਉਸ ਵੇਲੇ ਕਿ ਤੂੰ ਜਲਦੀ ਜਲਦੀ ਵਕੇਟ ਕਰੋ ਕੇਪੀਜੀ 12 ਤੋਂ ਲੈ ਕੇ 18 ਜੁਲਾਈ ਤੱਕ ਸੀਜ਼ ਫਾਇਰ ਹੋ ਗਿਆ ਉਹਨਾਂ ਨੂੰ ਹੁਕਮ ਦਿੱਤਾ ਕਿ ਵਾਪਸ ਆਪਣੇ ਟ੍ਰਿਪਸ ਲੈ ਜਾਓ ਉਹਦੇ ਅਸੇ ਦੇ ਵਿੱਚ ਹੀ ਮੈਂ ਉਹਦੀ ਬੋਡੀ نیچے ਬੰਗਾਈ ਸਿਵਲ ਪੋਰਟਰ ਤੇ ਪੇਜ ਕੇ ਉਸੀ ਬੋਡੀ ਜਿਹੜਾ ਵੇਖਿਆ ਲੈਡਰਸ ਕੱਢ ਕੇ ਤੇ ਉਹਦਾ ਨਾਮ ਸੀ ਕਰਨ ਕੈਪਟਨ ਕਰਨਲ ਸ਼ੇਰਖਾਨ ਜਿਵੇਂ ਅਸੀਂ ਕਰਨਲ ਸਿੰਘ ਜਰਨਲ ਸਿੰਘ ਨਾਮ ਰੱਖਦੇ ਆ ਆਪਣੇ ਉਹਦੇ ਫਾਦਰ ਨੇ ਉਹਦਾ ਨਾਮ ਵਾਲਦ ਨੇ ਕਰਨਲ ਸਿੰਘ ਰੱਖਿਆ ਕਰਨਲ ਸ਼ੇਰਖਾਨ ਉਹ ਬਾਅਦ ਕੈਪਟਨ ਕਰਨਲ ਸ਼ੇਰਖਾਨ ਲੈਟਸ ਪੜੀਆ ਮੈਂ ਜੀਓ ਸਿਕੋ ਆਪਣੇ ਜਨਮਿੰਦਰਪੁਰੇ ਕੋ ਉਹਨਾਂ ਕੋ ਜ਼ਾਸਤ ਨਹੀਂ ਕਿ ਸਾਰੇ ਦੀ ਬੋਡੀ ਮੈਂ ਪਾਕਿਸਤਾਨ ਨੂੰ ਵਾਪਸ ਭੇਜਣਾ ਚਾਹੁੰਦਾ ਵਾਏ ਦਿੱਲੀ ਕਿ ਉਹ ਜੋ ਸਾਡਾ ਕੋ ਪ੍ਰੂਫ ਹੈ ਕਿ ਇੱਕ ਤੇ ਇਹ ਬੌਜੀ ਲੜ ਰਹੇ ਨੇ ਜਿਹੜੇ ਕਿ ਰੈਗੂਲਰ ਇਨਫੈਂਟਰੀ ਐਨਲਾਈਜ਼ਰ ਸੀ ਨਦਰਨ ਲਾਈਟ ਇਨਫੈਂਟਰੀ ਨੂੰ ਕਹਿੰਦੇ ਨੇ ਜੀ ਉਹ ਜਿਹੜੇ ਸਾਡੇ ਲਦਾਖ ਸਕਾਉਟ ਹੁੰਦੇ ਤਰਾ ਨਦਰਨ ਲਾਈਟ ਇਨਫੈਂਟਰੀ ਹੁੰਦੀ ਉਹਨੂੰ ਨੀਚੇ ਮਗਵਾਇਆ ਇਹ ਜੋ ਬੋਡੀ ਵਾਪਸ ਜਾ ਰਹੀ ਸੀ ਉਹਦੀ ਤੋਂ ਮੈਂ ਮੇਰੇ ਦਿਮਾਗ ਚ ਆਇਆ ਮੈਂ ਇਸ ਫਟਾਫਟ ਇੱਕ ਕਾਗਜ਼ ਕੱਢਿਆ ਪੈਨ ਕੱਢਿਆ ਬਿਕੋਜ਼ ਮੈਂ ਕੱਲ ਸਮੋਦੀ ਬਾਧਰੀ ਤੇ ਪਾਨ ਮੇਰਾ ਦੁਸ਼ਮਣ ਸੀ ਕੋ ਜੋ ਲੜਾਈ ਮੈਂ ਦੇਖੀ ਸੀ ਉਹ ਮੈਂ ਲਿਖਿਆ ਕਿ ਕੈਪਟਨ ਕਰਨਾਲ ਸ਼ੇਰ ਖਾਨ ਆਫ 12 ਲਾਈ ਹੈਸ ਫੌਟ ਵੈਰੀ ਬਰੇਵਲੀ ਐਂਡ ਹੀ ਮਸਟ ਬੀ 기ਵਨ ਹਿਸ ਡੂ ਰੈਕਗਨਿਸ਼ਨ ਇਹ ਚਾਰ ਲਾਈਨਾਂ ਲਿਖ ਕੇ ਕੇਪੀ ਜੀ ਮੈਂ ਉਹਨਾਂ ਜੇਬ ਚ ਪਾਤਾ ਮੈਨੂੰ ਉਹ ਕਦੀ ਤੱਕ ਅਹਿਸਾਸ ਨਹੀਂ ਸੀ ਜ਼ਿੰਦਗੀ ਚ ਇਹ ਲਾਈਨਾਂ ਕੋ ਪੜੇਗਾ ਮੇਰੀਆਂ ਪਰ ਮੈਂ ਆਪਣੇ ਦਿਲ ਦੀ ਜੋ ਹੈ ਉਹ ਆਪਣੀ ਉਹਨੂੰ ਉਹਦੀ ਜਿਹੜੀ ਬਹਾਦਰੀ ਦੀ ਦਾਤ ਉਹ ਦਿੱਤੀ ਆਪਣੇ ਵੱਲੋਂ ਕਿਸੇ ਨੂੰ ਪਤਾ ਨਹੀਂ ਸੀ ਕਿ ਮੈਂ ਚਿੱਠੀ ਪਾਈ ਚਾਰ ਦਿਨ ਪੰਜ ਦਿਨ ਬਹੁਤ ਬੋਡੀ ਵੇਟ ਕਰਦੇ ਰੇ ਫਿਰ 6ਵੇਂ ਦਿਨ ਉਹਨਾਂ ਬੋਡੀ ਐਕਸੈਪਟ ਕੀਤੀ ਕਰਾਚੀ ਲਿਜਾਈ ਗਈ ਉਹ ਚਿੱਟ ਕਿਸੇ ਨੇ ਕੱਢ ਕੇ ਉਹ ਪੂਰੀ ਪਾਕਿਸਤਾਨ ਸੋਸ਼ਲ ਮੀਡੀਆ 'ਚ ਆ ਗਈ ਜਾਂ ਉਹ ਸੋਸ਼ਲ ਮੀਡੀਆ ਨਾਲ ਜਿਆਦਾ ਨਹੀਂ ਸੀ ਕਾਬਲ ਪਰ ਅਖਬਾਰਾਂ ਛਪ ਗਈਆਂ ਪੇਪਰਾਂ 'ਚ ਮੈਨੂੰ ਬੱਦਸ਼ ਪਤਾ ਲੱਗਾ ਕਾਰਗਲ ਦੀ ਲੜਾਈ ਤੋਂ ਇਮੀਡੀਏਟਲੀ ਵਿੱਚ ਹੀ ਜੋ ਐਂਡ ਹੋਈ ਕਿ ਉਹਨੂੰ ਨਿਸ਼ਾਨੇ ਹਾਜ਼ਰ ਦਿੱਤਾ ਗਿਆ ਜੋ ਕਿ ਪਾਕਿਸਤਾਨ ਦਾ ਹਾਈਐਸਟ ਅਵਾਰਡ ਹੈ ਕੇਪੀ ਜੀ ਮੈਂ ਇੱਕ ਮੈਂਸ਼ਨ ਕਰਨਾ ਚਾਹਾਂਗਾ ਇਹ ਟਾਈਗਰ ਹਿੱਲ ਦੀ ਲੜਾਈ ਇੱਕ ਏਸੀ ਸੀ ਜਿਹਦੇ ਵਿੱਚ ਇੱਕ ਮੇਰੀ ਰეკਮੈਂਡੇਸ਼ਨ ਨਾਲ ਹੀ ਇੱਕ ਪਾਕਿਸਤਾਨ ਮੇਰੇ ਦੁਸ਼ਮਣ ਨੂੰ ਨਿਸ਼ਾਨੇ ਹਾਜ਼ਰ ਜਿਹੜਾ ਕਿ ਹਾਈਐਸਟ ਅਵਾਰਡ ਸੀ ਦੁਸ਼ਮਣ ਦਾ ਉਹ ਮਿਲਿਆ ਔਰ ਮੇਰੀ ਰეკਮੈਂਡੇਸ਼ਨ ਨਾਲ ਹੀ ਗਨੇਡੀ ਯੁਗਿੰਦਰ ਯਾਦਵ 18 ਗਨੇਡੀ ਦਾ ਜਿਹਨੂੰ ਪਰਮਵੀਰ ਚੱਕ ਮਿਲਿਆ ਜਿਹੜਾ ਕਿ ਸਾਡਾ ਸਭ ਤੋਂ ਵੱਡਾ ਬਾਦ ਮੇਰੇ ਲਈ ਸਭ ਤੋਂ ਵੱਡਾ ਬਾਦ ਹੋ ਹੈ ਬਹੁਤ ਵੱਡੀ ਗੱਲ ਹੈ ਜਿਹੜੀ ਤੁਸੀਂ ਦੱਸ ਰਹੇ ਹੋ ਮੈਂ ਇਸੇ ਕੰਟੈਕਸਟ ਨਾਲ ਇੱਕ ਚੀਜ਼ ਤੁਹਾਨੂੰ ਪੁੱਛਣਾ ਚਾ ਰਿਹਾ ਹਾਂ ਤੁਸੀਂ ਕਰਨਲ ਸ਼ੇਰਖਾਂ ਦਾ ਜ਼ਿਕਰ ਕੀਤਾ ਮੁਸਤਾਫਾ ਵਲਾ ਜਿਹੜਾ ਹਿੱਸਾ ਹੈਗਾ ਉਹ ਵੀ ਇਹਦੇ ਨਾਲ ਹੀ ਜੁੜਦਾ ਹੈ ਇਹ ਤਾਂ ਨਾਲ ਹੀ ਜੁੜਦਾ ਹੈ ਕਿਉਂਕਿ ਜੋ ਫਿਰ ਉਹਨਾਂ ਨੂੰ ਅੱਖਿਆ ਵਿੱਚ ਲੋਠੀ 18 ਤੋਂ ਅਸੀਂ ਜਦੋਂ ਉਹਨਾਂ ਨੂੰ ਵੇਖਿਆ ਵੀ ਕੋਈ ਸਾਰੇ ਸਟਾਪ ਚਲੇ ਗਏ ਨੇ ਮੈਨੂੰ ਪਤਾ ਲੱਗਾ ਕਿ ਇੱਕ ਜ਼ਲੂਸਪਰਸ ਜਗਾ ਹੈ ਪਹਾੜੀ ਜੋ 2 ਕਿਲੋਮੀਟਰ ਐਲਸੀ ਤੋਂ ਸਾਡੇ ਵਾਲੇ ਪਾਸੇ ਸਾਊਥ ਵੱਲ ਉਹਨਾਂ ਨੇ ਅਕੁਪਾਈ ਕੀਤੀ ਪਈ। ਔਰ ਇਸ ਵਾਰੀ ਖਬਰ ਮਿਲੀ ਕਿ ਉਹ ਅਕੁਪਾਈ ਕੀਤੀ ਪਈ ਹੈ ਰੈਗੂਲਰ ਬਟਾਲੀ ਨੇ ਖਾਕੀ ਯੂਨੀਫਾਰਮ ਦੇ ਵਿੱਚ। ਜੇ ਹੋ ਸਕਦਾ ਹੈ ਥੱਲੋਂ ਆਏ ਨੇ। ਇਹ ਉਹ ਕਾਲੇ ਕੁਰਤੇ ਪਜਾਵੇਂ ਵਾਲੇ ਨਹੀਂ ਸੀ ਨਾ ਇਹ ਗਿਲਗਰਦੇ ਸਨ। ਉਹ ਮੈਨੂੰ ਫਿਰ ਹੁਕਮ ਮਿਲਿਆ ਕਿ ਇਹਨੂੰ ਕਹੋ। ਸੋ ਪਹਿਲਾ ਅਟੈਕ ਮੈਂ 1922 ਨੂੰ ਕੀਤਾ 23 ਨੂੰ ਇਹ ਕਲੀਅਰ ਕਰਕੇ ਫਿਰ ਲਾਸਟ ਅਟੈਕ ਜੋ ਹੈ 24 25 ਨੂੰ। ਉਹਨੂੰ ਮੈਂ 2 ਦੋ ਪੈਰਾਕਮਾਂਡੋ ਦੀ ਟੀਮਸ ਯੂਜ਼ ਕਰਕੇ 9 ਪੈਰਾਕਮਾਂਡੋ ਦੀਆਂ ਨਾਲ ਗੁਰਖਾ ਦੇ ਸੰਤਰੀਤੀ ਗੁਰਖਾ ਦੇ ਅਸੀਂ ਉਹਨੂੰ ਕਬਜ਼ਾ ਕਰ ਲਿਆ ਉਹਨਾਂ ਦੇ 15 ਡੈਡ ਬੋਡੀ ਸਾਡੇ ਕੋਲ ਪਈਆਂ ਸੀ ਤੇ ਇੱਕ ਅਸੀਂ ਉਹਨਾਂ ਦਾ ਪ੍ਰਿਜ਼ਨਰ ਲਿਆ ਮੁਹੰਮਦ ਅਸ਼ਰਫ ਖੋਦਾ ਨਾਮ ਸੀ ਉਹਨੂੰ ਵੀ ਮੈਂ ਬਾਅਦში ਇੰਟਰਵਿਊ ਕਿਟ ਕੀਤਾ ਤੇ ਪੁੱਛੀਆਂ ਗੱਲਾਂ ਜੋ ਵੀ ਗੱਲਾਂ ਪੁੱਛੀਆਂ ਉਹਨੂੰ ਅਹਿਸਾਸ ਹੋ ਗਿਆ ਕਿ ਤੁਸੀਂ ਉਹ ਨਹੀਂ ਹੋ ਜੋ ਕਿਸਨ ਦੱਸਿਆ ਗਿਆ ਇੱਕ ਬਹੁਤ ਵੱਡੀ ਚੀਜ਼ ਹੈ ਪਰ ਸਭ ਤੋਂ ਵੱਡੀ ਅਜੀਬ ਚੀਜ਼ ਸਾਨੂੰ ਮੈਂ ਦੱਸਣੀ ਚਾਹੁੰਨਾ ਕੀ ਵੀ ਜੀ ਇੱਕ ਜੋ ਮੇਰਨਾ ਹੋਈ ਉਸ ਵੇਲੇ ਮੇਰੇ ਸੀਓ ਨੇ ਕਿਹਾ ਕਲ ਰਾਜਪੀਰ ਜੋਤੀ ਸੀ ਗੁਰਖਾ ਜੁਕਮਾਰ ਕਾਰੇ ਸੀ ਇਸ ਆਰਮੀ ਦਾ ਜਿਹੜਾ ਸ਼ੋਅ ਹੈ ਉਹਨਾਂ ਦਾ ਉਹ ਤੁਹਾਡੇ ਨਾਲ ਗੱਲ ਕਰਨੇ ਚਾਹੁੰਦੇ। ਕਲਮ ਮੁਸਤਾਫਾ ਕੋਈ। ਹਮ। ਮੈਂ ਕਿਹਾ ਬਿਲਕੁਲ ਗੱਲ ਕਰਾਓ। ਕਿ ਉਹ ਜੋ ਮੈਂ 71 'ਚ ਵੀ ਗੱਲਾਂ ਕਰਦੇ ਰਹੇ ਆ ਆਪਸ 'ਚ ਅਸੀਂ ਉਹ 350 ਸਾਡੇ ਨਾਲ 650 ਲੜੀ ਸੀ ਮੈਂ ਹੀ 14ਾਂ ਸੀ। ਜੀ। ਤੋਂ ਹੀ ਕੇਮੋ ਦਾ ਰਿਡਰ ਸੈਟ ਉਹਨਾਂ ਨੇ ਕਿਹਾ ਸਿੱਧਾ ਹੀ ਮੇਰੇ ਕੋਲ ਇੰਗਲਿਸ਼ ਸਿੱਧਾ ਹੀ ਬੋਲਿਆ। ਹੈਲੋ ਸਰ ਦਿਸ ਇਜ਼ ਕਲਮ ਮੁਸਤਾਫਾ। ਆਈ ਸੈਡ ਯੈਸ ਮੁਸਤਾਫਾ। ਵਾਟ ਕੈਨ ਆ ਡੂ ਫਾਰ ਯੂ? ਹੀ ਸੈਡ ਸਰ ਯੂ ਫਸਟ ਆਫ ਆਲ ਆਈ ਮਸਟ ਕੰਗ੍ਰੈਚੂਲੇਟ ਯੂ। Your boys have fought very well. I said, Thank you. He said, Sir, I have got uh, 15 dead bodies like of my unit. And this is, mind you, sir, this is 19 Frontier Force, which was once commanded by Field Marshal Shah hmm. before partition. My, that's very fine. Mustafa Your unit, I must say, is a very good unit. Our Field Marshal Shah is commanded. He said, Sir, there's some other reason hmm. that you must return these bodies to us. It's my request, my humble request. Hmm. I said look here Mustafa, the war is going on, we have to attack second time because this is the first portion we have taken. He said sir, you don't have to attack second time, I will go back. On record I suppose? Yes sir, this is on record. I will go back. I said uh, Mustafa, these are things are done and decided there in MO branch in Delhi. Okay, if you say you go back how do i take your word kpg unna de simple ek cheez si mainu jadon ki mainu ek wari thoda sakte ch aa gaya he said sir i am phtan do you take my word now kpg nu decision dena penda faisla karna penda uss waqt mere dimag ch aaya na ki okay kal mustafa if you are phtan i am also sardar wo main na ami your bodies will be returned But only on one condition. Your bodies will be taken with respect. We will wrap them in a flag. They are no more enemy, they are now dead, they are soldiers. So they should not be taken in a gunny bag or somewhere the way you are planning. Should be taken with respect. We will wrap them with the national flag. With respect, we will put them on the stretches. Your contingent will come proper. Salute and take it in a proper way. Hmm. Luckily, KPG. ਉਸ ਦੀ ਵੀਡੀਓਗ੍ਰਾਫੀ ਸਾਡੇ 9 ਪੈਰਾ ਕਮਾਂਡੋ ਦੇ ਇੱਕ ਲੜਕਾ ਖਰਾਜ ਕੋ ਨੇ ਕੀਤੀ। ਔਰ ਉਹ ਕਲਿੱਪ ਜੋ ਹੈ ਜੋ ਕਿ ਤੁਸੀਂ ਅੱਜ Google 'ਚ ਵੀ ਪਾਓਗੇ ਪਾਓਗੇ ਕਿ bodies dead bodies returned during Kargil war to Pakistan. ਇਟਲ ਕਮ दैट ਕਲਿੱਪ ਵਿਲ ਕਮ। ਉਸ ਤੋਂ ਬਾਅਦ ਖੈਰ ਹੋ ਗਿਆ। ਮੈਂ bodies ਵਾਪਸ ਕੀਤੀਆਂ। ਔਰ bodies ਵਾਪਸ ਕਰਕੇ ਹਰਾਨਗੀ ਦੀ ਗੱਲ ਹੈ ਕੇਪੀਜੀ। ਹੀ ਕੈਪਟਨ ਵਰਡ। ਹੀ ਵੈਂਟ ਬੈਕ ਆਈ ਗਿਵ ਦਾ ਬodies ਆਈ ਕੇਪਟ ਮਾਈ ਵਰਡ। ਹੀ ਕੈਪਟ ਇਸ ਵਰਡ ਸੋ ਵੀ ਡਿਡ ਹੈਵ ਟੂ ਫਾਈਟ ਦ ਸੈਕੰਡ ਸੋ 25th ਨੂੰ ਅਸੀਂ ਇਹ ਲਿਆ ਜੁਲੂਸ ਪਰ ਜਿਹਦੇ ਤੇ ਕਲ ਮੁਸਤਫਾ ਦੀ 1924 ਸੀ ਉਹਨਾਂ ਦੀ ਬ੍ਰੇਵੋ ਕੰਪਨੀ ਸੀ ਉਹਨੇ ਖੁਦ ਕਿਹਾ ਕਿ ਬ੍ਰੇਵੋ ਕੰਪਨੀ ਦੇ ਵਿੱਚ ਮਲਕ ਨੇ ਸਰ ਮੇਰਾ ਕੰਮ ਖਰਾਬ ਕਰਤਾ ਯਾ ਇਹ ਹੋਇਆ ਖੈਰ ਜੋ ਹੋਇਆ 26 ਨੂੰ ਅਸੀਂ ਵਿਜੇ ਦਿਵਸ ਮਨਾਉਂਦੇ ਹਾਂ ਇਹ ਮੇਰੀ ਲਾਸਟ ਬੈਟਲ ਸੀ ਕਾਰਗਿਲ ਦੀ ਤੇ ਜੇ ਇਹ ਬੈਟਲ ਹੋਰ ਚੱਲਦੀ ਤੇ ਫਿਰ ਅਸੀਂ ਫਿਰ ਮੇਰਾ ਖਿਆਲ ਹੈ ਜੇ ਮੈਨੂੰ ਦੂਜਾ ਅਟੈਕ ਕਰਨਾ ਪੈਂਦਾ ਸ਼ਾਇਦ ਵਿਜੇ ਦਿਵਸ ਚ ਹੋਇਆ ਇਹ ਕਿਸੇ ਹੋਰ ਡੇਟ ਨੂੰ ਮਨਾਇਆ ਜਾਂਦਾ ਚਲੋ ਇੱਕ ਹੋਰ ਛੋਟਾ ਬ੍ਰੇਕ ਬ੍ਰੇਕ ਤੋਂ ਵਾਪਸ ਆਵਾਂਗੇ ਬ੍ਰਿਗੇੜੇ ਬਾਜਵਾ ਉਹ ਅਨ ਜਿਹੜੇ ਕਹੇ ਹੈ ਪਹਿਲੂ ਸਾਡੇ ਨਾਲ ਸਾਂਝੇ ਕਰ ਰਿਹਾ ਜਿਹੜੇ ਸ਼ਾਇਦ ਸਾਨੂੰ ਵੀ ਨਹੀਂ ਪਤਾ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਜਿੰਨਾ ਕੁਝ ਇਹ ਦੱਸ ਸਕਦੇ ਆ ਕਰਗਿਲ ਵਿਜੇ ਦਿਵਸ ਬਾਰੇ ਤੇ ਕਰਗਿਲ ਦੀ ਜੰਗ ਬਾਰੇ ਤੇ ਟਾਈਗਰ ਹਿੱਲ ਬਾਰੇ ਉਹ ਕੋਸ਼ਿਸ਼ ਕਰ ਰਹੇ ਨੇ ਤੋਂ ਪੁੱਛਣ ਦੀ ਵਾਪਸ ਆ ਰਹੇ ਹਾਂ ਇੱਕ ਵੇਲੇ ਥੋੜਾ ਸਵਾਦ ਕਰਦੇ ਹਾਂ ਬ੍ਰਿਗੇੜੇ ਬਾਜਵਾ ਬ੍ਰਿਗੇੜੇ ਬਾਜਵਾ ਕਰਗਿਲ ਬਾਰੇ ਬੜੇ ਅਨਸੁਲਝੇ ਤੱਥ ਜਿਹੜੇ ਅੱਜ ਵੀ ਪਏ ਆ ਇੱਕ ਮੇਰਾ ਸਵਾਲ ਇਹ ਹੈ ਕਿ ਕਰਗਿਲ ਦੀ ਵਾਰ ਹੈ ਜਿਹੜੀ ਉਹ ਅਲੱਗ ਕਿਵੇਂ ਸੀ ਬਾਕੀ ਜਿਹੜੀਆਂ ਜੰਗਾਂ ਹੋਈਆਂ ਇੱਕ ਤੁਸੀਂ ਬੰਗਲਾਦੇਸ਼ ਫਲਾਅ ਐਕਸਪੀਰੀਅੰਸ ਵੀ ਤੁਹਾਡੇ ਨਾਲ ਹੈਗਾ ਮੇਰਾ ਦੂਜਾ ਸਵਾਲ ਵੀ ਹੈ ਇਹ ਤੁਸੀਂ ਇਹਨੂੰ ਇੰਟੈਲੀਜੈਂਸ ਫੇਲਿਅਰ ਮੰਨਦੇ ਹੋ ਜਾਂ ਪੋਲੀਟੀਕਲ ਫੇਲਿਅਰ ਮੰਨਦੇ ਹੋ ਕਿ ਭਜੀ ਪਹਿਲੀ ਗੱਲ ਤੇ ਇਹ ਵਾਰ ਜਿਹੜੀ ਹੈ ਕਰਗਿਲ ਦੀ ਤੁਸੀਂ ਪਹਿਲਾਂ ਪੁੱਛਿਆ ਅਲੱਗ ਕਿਉਂ ਸੀ ਇਹ ਤਿੰਨ ਕਾਰਨਾਂ ਕਰਕੇ ਅਲੱਗ ਸੀ ਪਹਿਲਾ ਕਾਰਨ ਸੀ ਕਿ 21 ਸੈਕਟਰ ਵਿੱਚ ਲੜੀ ਗਈ ਇਹ ਪੂਰਾ ਬਾਰਡਰ ਨਹੀਂ ਖੁੱਲੇ ਇੰਟਰਨੈਸ਼ਨਲ ਬਾਰਡਰ ਕਿਉਂਕਿ 71 'ਚ ਵੀ ਖੁੱਲ ਗਿਆ ਸੀ ਇਹ ਬੰਗਲਾਦੇਸ਼ ਸ਼ੁਰੂ ਕੀਤੀ ਸੀ ਪੂਰਾ ਵੈਸਟਰਨ ਫਰੰਟ ਖੁੱਲ ਗਿਆ ਸੀ 65 'ਚ ਵੀ 40 'ਚ ਜ਼ਰੂਰ ਥੋੜਾ ਕਸ਼ਮੀਰ ਦੇ ਵਿੱਚ ਕੀਤਾ ਪਰ ਇਹ 21 ਸੈਕਟਰ ਵਿੱਚ ਲੜੀ ਗਈ ਸੋ ਇੱਕ ਤਰ੍ਹਾਂ ਦੀ ਇੱਕ ਅਲੱਗ ਵਾਰ ਸੀ ਕਿ ਇਟ ਵਾਸ ਅ ਕਾਰਗਿਲ ਵਾਰ ਨੰਬਰ 2 ਇਹ ਪਹਿਲੀ ਵਾਰ ਸੀ 71 ਜੁ ਵੀ ਨਹੀਂ ਇਸ ਤਰ੍ਹਾਂ ਹੋਇਆ ਲਾਸਟ ਵਾਰ ਉਹ ਵੀ ਮੈਲੜੀ ਜਦੋਂ ਕਿ ਹਰ ਇੱਕ ਦੀ ਬਾਡੀ ਚਾਹੇ ਆਫਸਰ ਸੀ ਜੀਐਸਓ ਜਾਂ ਜਵਾਨ ਬੜੇ ਸਤਕਾਰ ਨਾਲ ਤਿਰੰਗੇ ਚ ਲਪੇਟ ਕੇ ਉਹਨਾਂ ਦੇ ਘਰ ਪਹੁੰਚਾਈ ਗਏ ਜਿਹੜਾ ਵੀ ਸ਼ਹੀਦ ਹੋਇਆ ਤੀਸਰੀ ਚੀਜ਼ ਇਹ ਡਰਾਇੰਗ ਰੂਮ ਚ ਸਾਰਿਆਂ ਦੀ ਲੜਾਈ ਲੱਗੀ ਹਰ ਇੱਕ ਨੇ ਦੇਖੀ ਡਰਾਇੰਗ ਰੂਮ ਚ ਬੈਠ ਕੇ ਟੀਵੀ ਤੇ ਉਹਦਾ ਕਾਰਨ ਇਹ ਸੀ ਕਿ ਅਸੀਂ মিডিਆ ਨੂੰ ਪਰਮਿਟ ਕੀਤਾ ਸੀ ਫਸਟ ਟਾਈਮ ਲੜਾਈ ਚ ਮੀਡੀਆ ਬਾਰੇ ਮੈਂ ਸਿਰਫ ਇੱਕ ਚੀਜ਼ ਕਹਿਣਾ ਚਾਹਾਂਗਾ ਕਿ ਥੋੜਾ ਜਿਹਾ ਸਾਨੂੰ ਐਕਸਪੀਰੀਅੰਸ ਦੂਜਾ ਵੀ ਹੋਇਆ ਹੈ ਇੱਥੇ ਪੀਰੀਆ ਦਾ ਉਹ ਇਹ ਹੋਇਆ ਸੀ ਕਿ ਜਦੋਂ ਟਾਈਗਰ ਹਿੱਲ ਦਾ ਆਪਰੇਸ਼ਨ ਮੇਰਾ ਚੱਲ ਰਿਹਾ ਸੀ ਔਰ ਉਤੇ ਫਾਇਰਿੰਗ ਚੱਲ ਰਹੀ ਸੀ ਆਟਲਰੀ ਦੀ ਤੂਬਖਾਨੇ ਦੀ ਔਰ ਅਚਾਨਕ ਪਿੱਛੋਂ ਸਾਨੂੰ ਮੈਸੇਜ ਆਇਆ ਕਿ ਟੀਵੀ ਤਿਆਰ ਹੈ ਸੋ ਅਸੀਂ ਆਸ-ਪਾਸ ਸਰਚ ਕੀਤੀ ਵੀ ਕੌਣ ਰਿਪੋਰਟਰ ਜਿਹੜਾ ਕਿ ਕੁਝ ਗੱਡੀ ਦੇ ਪਿੱਛੇ ਲੋਕ ਕੇ ਰਿਪੋਰਟਰ ਚਾਰ ਬੰਦੇ ਅਸੀਂ ਲਿਆਂਦੇ ਮੈਂ ਨਾਮ ਨਹੀਂ ਦੱਸਣਾ ਚਾਹੁੰਦਾ ਕਿ ਇੱਕ ਨਾਮ ਸੀ ਬੜਾ ਬਰਖਾ ਦਾ ਜੀ ਉਹਨਾਂ ਨੂੰ ਅਸੀਂ ਰਿਕੁਐਸਟ ਕੀਤਾ ਔਰ ਲੈ ਆ ਕੇ ਬੰਕਸ ਦੂਸਰੇ ਜਿਹੜਾ ਸੀ ਉਹਨੂੰ ਚ ਪਾਇਆ ਕਿਉਂਕਿ ਜੋ ਮਲਟੀ ਬੈਰਲ ਲੋਗ ਇੱਕ ਤੇ ਬਹੁਤ ਦਰਾਂ ਦੋ ਬੁਰੀ ਤਰ੍ਹਾਂ ਜ਼ਖਮੀ ਸਨ ਕਿਉਂਕਿ ਸਾਡਾ ਫਾਇਰ ਆਇਆ ਸੀ ਉਹਨਾਂ ਦਾ ਕਾਉਂਟਰ ਫਾਇਰ ਆਇਆ ਸੀ ਉਹਦੇ ਕਰਕੇ ਜ਼ਖਮੀ ਹੋਏ ਸਨ ਸੋ ਇੱਕ ਤਰ੍ਹਾਂ ਦੀ ਰਿਪੋਰਟਿੰਗ ਕਰਨੀ ਮੈਂ ਕਹਿੰਦਾ ਮੀਡੀਆ ਦਾ ਜਾਣਾ ਬਹੁਤ ਜ਼ਰੂਰੀ ਹੈ ਪਰ ਕਿਸੇ ਹੱਦ ਤੱਕ ਜਦੋਂ ਲੜਾਈ ਚੱਲ ਰਹੀ ਹੈ ਉਹਦੀ ਰਿਪੋਰਟਿੰਗ ਨਹੀਂ ਹੋਣੀ ਚਾਹੀਦੀ ਕਿਉਂਕਿ ਸਾਡੀ ਜਿਹੜੀ ਪਲਾਨ ਹੈ ਉਹੀ ਅਗਰ ਟੀਵੀ ਤੇ ਹੋਣ ਲੱਪੇ ਤੇ ਦੂਜੀ ਚੀਜ਼ ਇੰਟੈਲੀਜੈਂਸ ਫੇਲੀਅਰ ਮੱਕੇਪੀ ਦੀ ਦੋ ਲਾਈਨਾਂ ਜੀ ਸਿਰਫ ਕਾਹਨ ਕ ਮੈਂ ਜ਼ਿਆਦਾ ਨਹੀਂ ਕਰਾਂਗਾ ਜਿੰਨੀ ਦੇਰ ਤੁਸੀਂ ਲੋਗ ਇੰਟੈਲੀਜੈਂਸ ਫੀਅਰ ਸਭ ਤੋਂ ਵੱਡਾ ਸਬਕ ਸਾਨੂੰ ਇਹੀ ਮਿਲਿਆ ਲੈਸਨ ਲਰਨ ਸਭ ਤੋਂ ਵੱਡਾ ਇੰਟੈਲੀਜੈਂਸ ਫੀਅਰ ਹਾਈएस्ट ਲੈਵਲ ਤੋਂ ਲੈ ਕੇ ਲੋਅਰਸਟ ਲੈਵਲ ਹਾਈएस्ट ਲੈਵਲ ਮੈਂ ਕੋ ਕਰਿਆ ਰੋ ਤੋਂ ਲੈ ਕੇ ਥੱਲੇ ਜਿਹੜੇ ਟਪਸ ਹਨ ਇਨ ਕੰਟੈਕਟ ਉਹਦੇ ਤੱਕ ਰੋ ਦਾ ਕੰਮ ਸੀ ਕਿ ਸਾਨੂੰ ਦੱਸਣਾ ਜਦੋਂ ਆਫ ਦਾ ਸ਼ੈਲਫ ਸਵਿਟਜ਼ਰਲੈਂਡ ਤੋਂ ਸੁਨੋ ਕਮੈਂਟ ਲਈ ਜਾ ਰਿਹਾ ਸੀ ਉਹਨਾਂ ਦੇ ਐਂਟੀਨਾਸ ਉੱਪਰ ਹੋਣਾ ਚਾਹੀਦੇ ਸੀ ਉਹ ਸਾਣਾ ਇੰਟੈਲੀਜੈਂਸ ਸ਼ੇਅਰ ਕਰਨੀ ਚਾਹੀਦੀ ਸੀ ਕਿ ਕੁਝ ਗੜਬੜ ਹੈ ਪਰ ਇਹ ਸੋਚ ਕੇ ਕਹਿ ਕੇ ਫਾਈਲ ਕਰ ਦੇਣਾ ਕਿ ਇਹ ਤੇ ਸਹੀ ਜਨ ਵਾਸਤੇ ਜਾ ਰਹੇ ਨੇ ਇੰਟੈਲੀਜੈਂਸ ਮੀਟਿੰਗ ਸਾਡੀਆਂ 15 ਦਿਨ ਬਾਅਦ ਹਰ ਹਫਤਾ ਹੁੰਦੀ ਹੈ ਫੋਰਟਨਾਈਟਲੀ ਕੋਈ ਨਹੀਂ ਹੋ ਰਹੀ ਸੀ ਮਿਲਟਰੀ ਇੰਟੈਲੀਜੈਂਸ ਨੇ ਸਾਨੂੰ ਕੋਈ ਖਬਰ ਨਹੀਂ ਪਹੁੰਚੀ ਇਹਨਾਂ ਦੇ ਆਈਬੀਓ ਇੰਟੈਲੀਜੈਂਸ ਬਿਊਰੋ ਹੁੰਦੇ ਨੇ ਭਾਵੇਂ ਕੰਟ੍ਰੀ ਡੈਂਜੈਂਸ ਯੂਜ਼ ਕਰਦਾ ਉਹਨਾਂ ਨੇ ਨਹੀਂ ਕੀਤਾ ਟ੍ਰੋਪਸ ਐਂਡ ਕੰਟੈਕਸਟ ਦੀ ਮੇਗਾ ਨਾਲ ਉਹਨਾਂ ਨੂੰ ਪਟੋਲਿੰਗ ਨਹੀਂ ਹੋ ਰਹੀ ਸੀ ਪ੍ਰੋਪਰਲੀ ਕਿਉਂ ਨਹੀਂ ਹੋ ਰਹੀ ਸੀ ਮੈਂ ਕਿਸੇ ਦੇ ਕੋਈ ਉਹ ਗਲ ਨਹੀਂ ਚੁੱਕਣਾ ਚਾਹੁੰਦਾ ਜਦੋਂ ਪ੍ਰੈਸ਼ਰ ਪ੍ਰਪੇਡਨੈਸ ਤੁਹਾਡੇ ਇਧਰ ਉਧਰ ਹੋ ਜਾਈ ਕਿ ਇਸ ਸਟੋਰ ਚ ਮੇਰੇ ਆਏਗਾ ਨਹੀਂ ਕੋਈ ਚੋਰ ਬਤਨ ਪਤਾ ਕਿ ਅਸੀਂ ਸਟੋਰ ਨੂੰ ਵੀ ਤਾਲਾ ਲਾ ਕੇ ਫਿਰ ਬਾਹਤ ਆਲਾ ਨਾ ਗਏ ਜੇ ਸਟੋਰ ਦਾ ਤਾਲਾ ਖੋਲ ਦੋ ਤੇ ਫਿਰ ਐਕਸਪੈਕਟ ਕਰੋ ਕਿ ਨਹੀਂ ਚੋਰ ਕਿਉਂ ਆਇਆ ਬਸ ਮੈਂ ਇੰਟੈਲੀਜੈਂਸ ਫੇਲਰ ਤੱਕ ਇਹ ਨਹੀਂ ਜਾਵਾਂਗੇ ਤੁਸੀਂ ਪੋਲਿਟੀਕਲ ਫੇਲਰ ਨਹੀਂ ਮੰਨਦੇ ਇਹਨੂੰ ਪੋਲਿਟੀਕਲ ਫੇਲਰ ਇਸ ਕਰਕੇ ਮੰਨਣਾ ਵਾ ਕਿ ਪੋਲਿਟੀਕਲ ਫੇਲਰ ਜਦੋਂ ਕਿ ਸਾਨੂੰ ਪਤਾ ਸੀ ਕਿ ਇਸ ਚੀਜ਼ ਦੇ ਵਿੱਚ ਉਦੋਂ ਹੀ ਪਹਿਲੇ ਸਾਰੇ ਆਨਰੇਬਲ ਪ੍ਰਾਈਮ ਮਿਨਿਸਟਰ ਜੀ ਅੰਡਰਬਰੀ ਬਾਜਵਾ ਜੀ ਬਸ ਲੈ ਕੇ ਗਏ ਸੀ ਉਹ ਜਦੋਂ ਸਾਨੂੰ ਪਤਾ ਸੀ ਕਿ ਮਸ਼ਰਫ ਵੀ ਉੱਥੇ ਨਹੀਂ ਆਇਆ ਕੁਝ ਨਹੀਂ ਆਇਆ ਜਿਵੇਂ ਹੈ ਕਿ ਇਹ ਚੀਜ਼ ਅਸੀਂ ਉਸ ਵਕਤ ਸੌਟ ਆਊਟ ਕਰ ਸਕਦੇ ਸੀ ਜਾਂ ਕਿਵੇਂ ਕਰ ਸਕਦੇ ਸੀ ਵੀ ਸਾਨੂੰ ਉਹਦੋਂ ਨਿਕਲੋ ਦਾ ਪਹਿਲਾਂ ਹੋਇਆ ਸੀ ਸਾਡਾ ਮਈ ਦੇ ਵਿੱਚ ਜਿਸ ਕਰਕੇ ਸਾਨੂੰ ਇਵਨ ਅਜ਼ਰਾਇਲ ਨੇ ਕੁਝ ਵੈਪਨ ਸਿਸਟਮਸ ਹਮੇਂ ਪੇਟ ਜਣਾ ਸੀ ਉਹਨਾਂ ਨਾ ਕਰਤੀ ਕਹੀਆਂ ਨੇ ਉਦੋਂ ਵੀ ਸਾਨੂੰ ਪਤਾ ਸੀ ਕਿ ਇਹਨਾਂ ਨੇ ਕੋਈ ਨਾ ਕੋਈ ਹਰਕਤ ਕਰਨ ਦੇ ਵਿੱਚ ਨੇ ਔਰ ਮੇਰਾ ਖਿਆਲ ਹੈ ਕਿ ਪੋਲਿਟਿਕ ਪੋਲਿਟਿਕਲ ਡਿਸੀਜਨ ਜੋ ਲੈਣਾ ਹੈ ਉਹਦੇ ਵਿੱਚ ਵੀ ਕਿਸੇ ਹੱਦ ਤੱਕ ਤੁਸੀਂ ਰੋਲ ਆਫ ਮੀਡੀਆ ਦਾ ਦੀ ਗੱਲ ਕੀਤੀ ਹੈ ਮੈਂ ਉਸੇ ਸੀਮਾ ਦੇ ਵਿੱਚ ਰਹਿ ਕੇ ਹੀ ਤੁਹਾਨੂੰ ਸਵਾਲ ਕਰ ਰਿਹਾ ਹਾਲਾਂਕਿ ਸਾਡੇ ਕੋਲ ਬਹੁਤ ਇਹੋ ਜਿਹੀਆਂ ਜਾਣਕਾਰੀਆਂ ਜਿਹੜੀਆਂ ਮੈਂ ਤੁਹਾਡੇ ਤੋਂ ਲੈ ਵੀ ਸਕਦਾ ਪਰ ਮੇਰੀ ਕੋਸ਼ਿਸ਼ ਹੈ ਕਿ ਉਹੀ ਜਾਣਕਾਰੀ ਲਈ ਜਾਵੇ ਜਿਹੜੀ ਜ਼ਰੂਰਤ ਹੈ ਬਰਗਟ ਬਾਜਵਾ ਤੁਹਾਡੇ ਤਾਂ ਪਲਾਨ ਰਿਜੈਕਟ ਹੋ ਗਿਆ ਸੀਗਾ ਜੋ ਤੁਸੀਂ ਪਲਾਨ ਲੈ ਕੇ ਗਏ ਸੀਗੇ ਕਿ ਆ ਮੇਰਾ ਪਲਾਨ ਹੈਗਾ ਤੇ ਮੈਂ ਚੱਲਿਆ ਤੇ ਮੈਂ ਫਤਿਹ ਕਰਕੇ ਆਉਂਗਾ ਤੇ ਜਿਕਾਰੇ ਆ ਥੱਲੇ ਨਹੀਂ ਛੱਡੂਗਾ ਜਾ ਕੇ ਉੱਪਰ ਛੱਡੂਗਾ ਉਹ ਪਲਾਨ ਤਾਂ ਰਿਜੈਕਟ ਹੋ ਗਿਆ ਸੀ ਉਹ ਕੀ ਕਿੱਸਾ ਉਹ ਕਿੱਸਾ ਇਹ ਸੀ ਕਿ ਜਦੋਂ ਮੈਨੂੰ ਪਹਿਲਾਂ ਗਿਆ ਸੀ ਟਾਈਗਰ ਹਿਲ ਲੈਣ ਲਈ ਤੇ ਮੈਨੂੰ ਪਲਾਨ ਬਣਾਉਣ ਲਈ ਕਿਹਾ ਗਿਆ ਤੇ 29 ਨੂੰ ਮੇਰੀ ਪ੍ਰੈਜੈਂਟੇਸ਼ਨ ਸੀ ਪੈਂਦੀ ਜੇ ਚ ਸਾਰੇ ਆਏ ਸਨ ਵੱਡੇ ਅਫਸਰ ਚੀਫ ਤੱਕ ਆਏ ਸਨ ਉਹਨਾਂ ਕੋਲ ਜੋ ਪ੍ਰੈਜੈਂਟ ਪੇਸ਼ ਕੀਤੀ ਉਹਦੇ ਸ਼ਿਮਾਂ ਚਾਰ ਪਟਨਾ ਯੂਜ਼ ਕਰ ਰਿਹਾ ਸੀ ਜਿਹਨੂੰ ਕਿ ਕਿਉਂਕਿ ਬੜਾ ਅਹਿਮ ਓਬਜੈਕਟਿਵ ਸੀ ਸਾਰਿਆਂ ਨੂੰ ਇੱਕ ਹੈਵੀ ਐਮ ਸੀ ਜਿਹਨੇ ਇੱਕ ਟਰਨਿੰਗ ਪੁਆਇੰਟ ਲਿਆਂਦਾ ਕਾਰਗਿਲ ਦੀ ਵਾਰ ਚ ਜੇ ਚ ਚਾਰ ਪਟਨਾ ਤੋਂ ਬਾਅਦ ਉਸ ਕਾਰਨ ਵਸ਼ ਕੋਈ ਉਪਰ ਚੇਂਜਸ ਹੋਈਆਂ ਨਹੀਂ ਉਹਨਾਂ ਕਾ ਪਹਿਲਾਂ ਅਸੀਂ 4875 ਲਾੰਗੇ ਮੇਰੇ ਨੂੰ ਉਹਨਾਂ ਨੇ ਬਣਾ ਦਿੱਤਾ ਕਿ ਇੱਕ ਤਰ੍ਹਾਂ ਦਾ ਤੁਸੀਂ ਕਰੋਗੇ ਜ਼ਰੂਰ ਅਟੈਕ ਉਹਨੂੰ 3rd ਨੂੰ ਪਰ ਇਹ 4th ਨੂੰ ਦੂਸਰਾ ਅਟੈਕ ਕਰਾਂਗੇ ਪਰਲੇ ਫੀਚਰ ਤੇ ਇਸ ਕਰਕੇ ਤੁਹਾਨੂੰ ਸਿਰਫ ਥੱਲੋਂ ਇਹਨਾਂ ਨੂੰ ਕਹੋ 8 ਸਿੱਖ ਜਿਹੜੇ ਨੀਚੇ ਫਾਰਮ ਬੇਸ 'ਤੇ ਬੈਠੇ ਸੀ 25 ਬੰਦੇ ਕੋ ਆ ਕੇ ਇਹਨਾਂ ਨੂੰ ਕੋ ਵੀ ਥੱਲੋਂ ਜਿਹੜੇ ਜੁਕੜੇ ਛੱਡ ਜਾਣਗੇ ਜਾਂ ਜੋ ਨੂੰ ਮਹਿਸੂਸ ਹੋਏ ਵੇ ਅਟੈਕ ਆ ਰਿਹਾ ਔਰ 18 ਇਨਗਰੀਡੈਂਟਾਂ ਨੂੰ ਤੂੰ ਦੀ ਵੇਖੋ ਜਿਸ ਤੱਕ ਪਹੁੰਚਦੀ ਹੈ ਠੀਕ ਹੈ ਉਹ ਏਸੀ ਜੋ ਕਿ ਮੈਂ ਤੁਹਾਨੂੰ ਅੱਜ ਬੜਾ ਦੱਸ ਰਿਹਾ ਹਾਂ ਰੀਅਲੀ ਖਰ ਮੈਂ ਜਦੋਂ ਮੈਨੂੰ ਪਤਾ ਲੱਗਾ ਕਿ ਮੇਰਾ ਰੋਲ ਹੈ ਮੇਰੇ ਦਿਲ ਦੇ ਵਿੱਚ ਇਹ ਜ਼ਰੂਰ ਬਹੁਤ ਮਹਿਸੂਸ ਹੋਇਆ ਕਿ ਮੇਰਾ ਪਲਾਨ ਜੋ ਹੈ ਕਿਉਂ ਨਹੀਂ ਐਗਜ਼ੀਕਿਊਟ ਕੀਤੀ ਗਈ ਜਿਵੇਂ ਇੱਕ ਫੌਜੀ ਔਰ ਇੱਕ ਬਾਜ ਦੇ ਮੰਚ ਹੁੰਦਾ ਹੈ ਇੱਕ ਡਾਈ ਹਾਰਡ ਫੌਜੀ ਦੀ ਮੈਂ 15 20 ਮਿੰਟ ਸੋਚ ਕੇ ਮੈਂ 8 ਸਿੱਖ ਦੇ ਉਹਨਾਂ ਜਵਾਨਾਂ ਨੂੰ ਬੁਲਾਇਆ ਉਹਨਾਂ ਦੇ ਐਸਐਮ ਨੂੰ ਜਿਹੜਾ ਇਹ ਸੁਬਿਹਦਾ ਬੇਜਾ ਕਹਿੰਦੇ ਉਹਨਾਂ ਨੂੰ ਉਹਨਾਂ ਦੇ ਗਿਆਨੀ ਜੀ ਨੂੰ ਉਹਨਾਂ ਦੇ ਸੀਓ ਨੂੰ ਮੈਂ ਟੈਲੀਫੋਨ ਤੇ ਗੱਲ ਕੀਤੀ ਉਹ ਥੋੜਾ ਤਬੀਤ ਉਹਨਾਂ ਦੀ ਠੀਕ ਨਹੀਂ ਚੱਲੀ ਸੀ ਉਹਨਾਂ ਟੂਰ ਸੀ ਮੈਂ ਉਹਨੂੰ ਸਿਰਫ ਇੱਕ ਹੀ ਸਵਾਲ ਪੁੱਛਿਆ ਸੁਬਿਹਦਾ ਮਿਸ ਸਾਹਿਬ ਅੱਜ ਗਿਆਨੀ ਜੀ ਤੁਹਾਡੇ ਨਾਲ ਖੜੇ ਸਾਰੇ ਤੁਸੀਂ ਖੜੇ ਹੋ ਤੁਸੀਂ ਦੋ ਵਾਰੀ ਅਟੈਕ ਆਪਣਾ ਇਹਨਾਂ ਤੇ ਇੰਡੀਆ ਗੇਟ ਉੱਤੇ ਫੇਰ ਕਰ ਚੁੱਕੇ ਹੋ ਇੱਕ ਕਵਸਤ ਤੁਹਾਡਾ ਇਹ ਵੀ ਬੋਡੀ ਨਹੀਂ ਮਿਲੀ 25 ਜਵਾਨ ਤੁਸੀਂ ਸ਼ਹੀਦ ਕਰਵਾ ਲਏ ਤੁਸੀਂ ਅੱਜ ਉਸ ਮੈਨੂੰ ਇਹ ਹੁਕਮ ਮਿਲਿਆ ਹੈ ਕਿ ਤੁਸੀਂ ਨੀਚੋਂ ਗੁਜ ਜਕਾਰੇ ਬੁਲਾਉਣੇ ਨੇ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦਿਓ ਇਹ ਜਕਾਰੇ ਨੀਚੋਂ ਬੁਲਾਉਣਾ ਚਾਹੁੰਦੇ ਹੋ ਜਾਂ ਉੱਪਰ ਇੱਕਦਮ ਮੈਂ ਵੇਖਿਆ ਕਿ ਸੁਬਦ ਮਹਿਸਾਬ ਦੀ ਅੱਖਾਂ ਚਮਕ ਗਈ ਉਹਨਾਂ ਕਹਿੰਦਾ ਸਾਬ ਉੱਪਰ ਜਾ ਕੇ ਜਕਾਰੇ ਪਟਾਵਾ ਇਹ ਬੋਲੇ ਸਾਨੂੰ ਉੱਪਰ ਹੋਏਗਾ ਮੈਂ ਕਿਹਾ ਬਹੁਤ ਅੱਛਾ ਮੈਂ ਫਿਰ ਸੀ ਨੂੰ ਕਿਹਾ ਕਿ ਤੁਸੀਂ ਇਤਨਾ ਕਰੋ ਕਿ 50 ਕ ਬੰਦੇ ਤਿਆਰ ਕਰੋ ਮੈਂ ਪੂਰੀ ਪਲਟਨ ਤੇ ਨਾ ਹੀ ਕੰਪਨੀ ਕੋ ਲੈ ਸਕਣਾ ਮਾਣਨਾ ਤੁਹਾਨੂੰ ਮੈਂ ਸਿੱਧਾ ਸਿੰਪਲ ਜਟਕੇ ਲੈ ਆਇ ਨਾ ਕਹਿਣਾ ਕਿ 50 ਬੰਦੇ ਤਿਆਰ ਕਰ ਦੋ ਉਹਨਾਂ ਨੇ ਮੈਨੂੰ ਦੋ ਆਫਸਰ ਤੇ 60 ਛਾਂਟ ਕੇ 4 ਜੀਐਸਓ ਤੇ 46 ਜਵਾਨ ਜਿਹੜੇ ਨੇ ਉਹਨਾਂ ਕਾਸਰ ਮੇਰੇ ਤਿਆਰ ਹੋਣਗੇ ਇਹ ਕਹ ਮੈਂ ਕੋਡਵਰਡ ਬਾਜ ਤੇ ਜਦੋਂ ਮੈਂ ਕਿਹਾ ਜਦੋਂ ਮੈਂ ਅਗਰ ਮੈਨੂੰ ਪਰਮਾਤਮਾ ਨੇ ਦਿਨਿਸ਼ਚੇ ਕਰਕੇ ਮੈਂ ਟੌਪ ਤੇ ਕੈਪਚਰ ਕਰ ਲਿਆ ਛਾਤੇ ਮੈਂ ਚੜ ਗਿਆ ਤੇ ਫਿਰ ਮੈਂ ਤੁਹਾਨੂੰ ਕੋਡਵਰਡ ਬਾਜ ਦੇ ਦਾਂਗਾ ਤੁਸੀਂ ਜਾ ਕੇ ਉਹ ਸਿਪਿਕਟਾਂ ਤੇ ਜਿਹੜੀ ਤੁਸੀਂ ਨੇ ਆਇਸ ਕਿ ਇੰਡੀਆ ਗੇਟ ਤੇ ਹੈਲਮਟ ਉਹਦਾ ਨਾਂ ਸੀ ਪਿੱਕਾਂ ਦਾ ਉਹਨਾਂ ਪੋਸਟ ਨੂੰ ਤੁਸੀਂ ਦੁਬਾਰਾ ਲਾਉਗੇ ਉਹ ਕਿਵੇਂ ਲਾਉਗੇ ਪਹਿਲਾਂ ਤੁਸੀਂ ਦਿਨੇ ਇੱਧਰ ਚੱਲ ਜਾਓਗੇ ਉੱਧਰ ਚੱਲ ਜਾਓਗੇ ਚ ਉਹ ਸਾਰਾ ਸਰਪ੍ਰਾਈਜ਼ ਫੈਕਟਰ ਸੀ ਕਹਿੰਦੀ ਗੱਲ ਉਧਰੋਂ ਇਹ ਲੈਫਟ ਮੇ ਬਲਵਾਨ ਦੋਸਤ ਮੀਨਾਂ ਦੀ ਸਰਵਿਸ ਸੀ ਜੇ 18 ਗ੍ਰੇਡੀਆਂ ਦੀ ਇਹ ਵੀ ਪਹਿਲਾਂ ਲੜਾਈ ਦੇ ਵਿੱਚ 60 ਕੁਆਲਿਟੀਆਂ ਲੈ ਚੁੱਕੇ ਸਨ ਜਿਹੜੀ ਕਿ ਟੋਨਲਿੰਗ ਦੀ ਲੜਾਈ ਲੜ ਚੁੱਕੇ ਸੀ ਹਮ ਪਰ ਫਿਰ ਵੀ ਉਹਨਾਂ ਨੇ ਹੌਸਲੇ ਬਰੰਦ ਕੀਤੇ ਮੋਟੀਵੇਟ ਕੀਤਾ ਲੈਫਟ ਨੇ ਬਲਵਾਨ ਨੂੰ ਉਹਦੇ 30 35 ਬੰਦੇ ਨਾਲ ਜਿਸ ਚੱਕ ਯੋਗਿੰਦਰ ਯਾਦਵ ਜੀ ਨੂੰ ਪਰਮਵੀਰ ਚੱਕਰ ਮਿਲਿਆ ਇੱਕ ਹਵਾਲਦਾਰ ਮਦਨ ਲਾਲ ਸੀ ਬਹੁਤ ਬਹਾਦਰੀ ਨਾਲ ਲੜੇ ਇਹਨਾਂ ਦੇ ਸਦਕਾ ਹੀ ਮੈਂ ਨਾਲ ਉਹਨਾਂ ਦੇ ਚਾਰ ਬੰਦੇ ਹੌਸ ਤੋਂ ਐਲਟੀਟਿਊਡ ਆਫਿਸ ਕੋਲ ਨੂੰ ਹੌਸ ਕਹਿੰਦੇ ਆ ਤੁਸੀਂ ਜਿਹੜੇ 50 ਬੰਦੇ ਇਕੱਠੇ ਕੀਤੇ ਸੀ ਤੁਸੀਂ ਉੱਥੇ ਅੜ ਗਏ ਸੀਗੇ ਉਹ ਵੈਸੇ ਤੁਹਾਨੂੰ ਮਿਲ ਨਹੀਂ ਸਕਦੇ ਸੀ ਜੋ ਸਾਨੂੰ ਇਨਫੋਰਮੇਸ਼ਨ ਹੈ ਨਹੀਂ ਨਹੀਂ ਕੋਈ ਮਿਲ ਨਹੀਂ ਸਕਦੇ ਸੀ ਕਿਉਂਕਿ ਜੋ ਉਹਨਾਂ ਨੇ ਕਿਹਾ ਸੀ ਕੋਈ ਹੁਕਮ ਹੋਰ ਸੀ ਪਰ ਮੈਂ ਆਪਣੇ ਆਪ ਆਪਣੇ ਲੈਵਲ ਤੇ ਮੈਂ ਕਿਹਾ ਵੀ ਮੈਂ ਅਗਰ ਮੈਂ ਉੱਪਰ ਟੌਪ ਤੇ ਕੈਪਚਰ ਕਰ ਲੈਣਾ ਤੇ ਇਹ 50 ਬੰਦੇ ਜਾਣਗੇ ਤੁਸੀਂ ਆਪਦੇ ਲੈਵਲ ਤੇ ਇੰਨੇ ਫੈਸਲੇ ਕਿਵੇਂ ਕਰ ਰਹੇ ਸੀਗੇ ਤੁਸੀਂ ਬੈਡ ਬੋਡੀ ਉਹਨਾਂ ਨੂੰ ਦੇ ਦਿੱਤੀ ਉਹ ਵੀ ਤੁਸੀਂ ਆਪਦੇ ਲੈਵਲ ਤੇ ਫੈਸਲਾ ਕਰ ਲਿਆ ਤੁਸੀਂ ਕਰਨ ਸ਼ੇਰਖਾਂ ਦੀ ਡੈਡ ਬੋਡੀ ਅਜ ਥੱਲੇ ਮਗਾਈ ਹੈ ਦਿੱਲੀ ਹੈੱਡਕੁਆਟਰ ਪਈ ਰਹੀ ਹੈ ਉਹ ਉਹ ਵੀ ਤੁਸੀਂ ਆਪਦੇ ਲੈਵਲ ਤੇ ਫੈਸਲਾ ਕੀਤਾ ਤੁਹਾਨੂੰ ਸਰਕਾਰ ਨੇ ਕਿਹਾ ਨਹੀਂ ਕਿ ਤੁਸੀਂ ਬਰਗੜੀਆ ਬਾਜਵਾ ਆਪਦੀ ਮਰਜ਼ੀ ਕਰੀ ਜਾਂਦੇ ਹੋ ਇਹ ਕੇਪੀਜੀ ਗੱਲ ਹੈ ਕਿ ਵਨ ਹੈਸ ਟੂ ਨਾਟ ਡੂ ਡਿਫਰੈਂਟ ਥਿੰਗ ਬਟ ਥਿੰਗਸ ਡਿਫਰੈਂਟਲੀ ਜਿਨੀ ਦੇਰ ਅਸੀਂ ਲੱਕ ਚੀਜ਼ ਨਹੀਂ ਕੋ ਕਰਾਂਗੇ ਜਾਂ ਆਪਣਾ ਜੋ ਮੇਰਾ ਫੈਸਲਾ ਸੀ ਜੋ ਵੀ ਮੇਰੇ ਦਿਲ ਨੂੰ ਹੈ ਮਹਿਸੂਸ ਸੀ ਕਿ ਇਹ ਫੈਸਲੇ ਜਿਹੜੇ ਨੇ ਲੜਾਈ ਦੇ ਵਿੱਚ ਲੈਣੇ ਪੈਂਦੇ ਨੇ ਉਹ ਕਮਾਂਡਰ ਮੇਰਾ ਖਿਆਲ ਇਜ਼ ਨਾਟ ਵਰਥ ਇਸ ਸੌਲ ਜਿਹੜਾ ਕਿ ਕੋਈ ਵੀ ਇਹੋ ਜਿਹਾ ਬੋਲਡ ਸਟੈਪ ਜਾਂ ਕਮਾਂਡ ਦਾ ਫੈਸਲਾ ਲੱਗ ਨਹੀਂ ਲੈ ਸਕਦਾ ਜੇ ਰਤ ਦਾ ਲਾਈਨ ਉਹੀ ਲੈਣੀ ਹੈ ਹਾਂ ਆਪਣਾ ਤਾਂ ਰੱਖਣਾ ਪੈਂਦਾ ਤਰਕ ਹੂੰ ਕਨਵਿੰਸ ਕਰਨਾ ਪੈਂਦਾ ਹਾਂ ਮੈਨੂੰ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਕਿ ਮੈਨੂੰ ਇਸ ਚੀਜ਼ ਦੀ ਉਹਨਾਂ ਨੇ ਟੌਪ ਲੈ ਲਿਆ ਟਾਈਗਰ ਹਿੱਲ ਇਹਦੇ ਉੱਤੇ ਸੀ 18 ਜੇਠਾ ਇਹ 8 ਮੈਂ 60 ਬੰਦੇ ਨਾ ਭੇਜਦਾ ਤੇ ਉਹੀ ਕਾਉਂਟਰ ਅਟੈਕ 60 ਬੰਦੇ ਜਿਹੜੇ ਉੱਪਰ ਜਾ ਕੇ ਸਾਨੂੰ ਦੁਬਾਰਾ ਵਾਪਸ ਸਾਡਾ ਕਿਉਂਕਿ ਜੋ ਆਲਰੇਡੀ ਖਬਰ ਆਪਣੇ ਸਾਡੇ ਪ੍ਰਾਈਮ ਮਿਸਟਰ ਜੀ ਨੇ ਜੀ ਹਰਟਲ ਬਿਹਾਰੀ ਬਾਜਪਾਈ ਜੀ ਨੇ ਆਨਰੇਬਲ ਸਤਕਾਰਯੋਗ ਨੇ ਉਹਨਾਂ ਨੇ ਦਿੱਤੀ ਸੀ ਖਬਰ ਅਨਾਉਂਸ ਕਰਤਾ ਸੀ 9 ਵਜੇ 4 ਵਜੇ 4 ਤਰੀਕ ਜਨਵਰੀ ਨੂੰ ਹਰਿਆਣਾ ਦੀ ਪਬਲਿਕ ਮੀਟਿੰਗ 'ਚ ਕਿ ਹਮਨੇ ਹਮਾਰੇ ਟ੍ਰੂਪਸ ਨੇ ਟਾਰਗੇਟ 'ਤੇ ਪਰ ਕਬਜ਼ਾ ਕਰ ਲਿਆ ਹੈ ਹੁਣ ਉਹਨੂੰ ਮੈਂ ਕਿਵੇਂ ਨਕਾਰ ਸਕਦਾ ਪਾਕਿਸਤਾਨ ਕਿਸੇ ਵੀ ਹਾਲਚ ਨਵਾਜ਼ ਸ਼ੀਫ ਨੇ ਮਸ਼ਫਰ ਨੂੰ ਕਿਹਾ ਇਹ ਮੈਨੂੰ ਟਾਈਗਰ ਹਿੱਲ ਵਾਪਸ ਚਾਹੀਦਾ ਹੈ ਇਹ ਕਿਵੇਂ ਕਹਿ ਰਹੇ ਨੇ ਜਯਾਜਪਾਈ ਜੀ ਨੇ ਕਿਵੇਂ ਕਹਤਾ ਟਾਈਗਰ ਹਿੱਲ ਲੈ ਲਿਆ ਤੁਸੀਂ ਕਹਿ ਰਹੇ ਹੋ ਟਾਈਗਰ ਸਾਡੇ ਕੋਲ ਲੜਾਈ ਚੱਲ ਰਹੀ ਸੀ ਇਹ ਅਠ ਸਿੱਕ ਦੇ ਮੁੰਡਿਆਂ ਨੇ ਜਾ ਕੇ ਉਹਨਾਂ ਨੂੰ ਰੋਕਿਆ ਅਟੈਕ ਨੂੰ ਜਿੱਥੇ ਕੇਕਰਨਾਸ਼ੀਰ ਖਾਨ ਦੀ ਮਕਾਦਾਸਿਆ ਹੈ ਇਹ ਉਹ ਕਾਉਂਟਰ ਅਟੈਕ ਸੀ ਜਿਹੜਾ ਕਿ ਰੀਇਨਫੋਰਸ ਕਰਨ ਆਇਆ ਸੀ ਜਿਹੜਾ ਟੋਇਕ ਟੈਕ ਤਾਂ ਹੀ ਯੂਨ ਤੱਕ ਗੱਲ ਹੋਈ ਹੈ ਫਿਰ ਉਸ ਤੋਂ ਬਾਅਦ ਫਿਰ ਇਹ ਮੇਰਾ ਕ੍ਰਿਪ ਜੋ ਹੈ ਇਹ ਪਹਿਲਾਂ ਮੈਨੂੰ ਉਹਨਾਂ ਨੇ ਕਿਹਾ ਕਿ ਇਹ ਜ਼ਰੂਰ ਮੈਨੂੰ ਥੋੜੀ ਜੀ ਮਿਲੀ ਵੀ ਕਿਉਂ ਇੱਕ ਮੈਂ ਨਹੀਂ ਕਹਾਂਗਾ ਵਰਨਿੰਗ ਬਟ ਕਾਸ਼ਸ ਮੈਨੂੰ ਥੋੜਾ ਜਿਆ ਕੀਤਾ ਗਿਆ ਕਿ ਤੁਹਾਨੂੰ ਆਪਣੇ ਆਪ ਹੀ ਫੈਸਲੇ ਲੈਣੇ ਚਾਹੀਦੇ ਸੀ ਆਪਣੇ ਆਪ ਬੋਡੀਜ਼ ਵਾਪਸ ਕਰਤੀਆਂ ਲੜਾਈ ਦੇ ਵਿੱਚ ਹਮ ਔਰ ਉਧਰੋਂ ਤੁਸੀਂ ਉਹਨੂੰ ਆਪਣੇ ਆਪ ਸਭ ਕੁਝ ਆਪਣੇ ਫੈਸਲੇ ਕਈ ਆਪਣੇ ਲੈ ਰਹੇ ਹੋ ਆਪਣੇ ਲੈਵਲ ਤੇ ਮੈਂ ਕਹਿੰਦਾ ਜੀ ਮੈਂ ਆਪਣੇ ਫੈਸਲੇ ਆਪ ਹੀ ਕਈ ਵਾਰ ਲੈਣਾ ਲੈਣੇ ਪੈਂਦੇ ਨੇ ਕਿਉਂਕਿ ਜੋ ਮੈਂ ਉਸ ਵੇਲੇ ਫੈਸਲੇ ਨੂੰ ਹੁਕਮ ਦੀ ਇੰਤਜ਼ਾਰ ਨਹੀਂ ਕਰ ਸਕਦਾ ਲੜਾਈ ਦੇ ਵਿੱਚ ਇਹ ਕੋਈ ਪੇਪਰ ਦੀ ਲੜਾਈ ਨਹੀਂ ਹੈ ਪੀ ਸਟੇਸ਼ਨ ਚ ਹੀ ਲੈਣੇ ਆ ਉਹਨਾਂ ਕੋ ਫੈਸਲੇ ਤੇ ਫਿਰ ਬਾਅਦ ਜੋ ਮਰਜ਼ੀ ਤੁਸੀਂ ਕਰੋ ਪਰ ਉੱਥੇ ਤੇ ਜਾਣ ਦਾ ਤੁਹਾਨੂੰ ਪਤਾ ਹੈ ਕਿ ਜੇ ਮੇਰਾ ਫੈਸਲਾ ਗਲਤ ਹੋਇਆ ਕਿੰਨੀਆਂ ਜਾਨਾਂ ਜਾਣਗੀਆਂ ਇੱਕ ਗਲਤ ਫੈਸਲੇ ਤੇ ਉਹ ਮੈਨੂੰ ਮਹਿਸੂਸ ਕਰਨਾ ਪੈਂਦਾ ਕਿ ਮੇਰਾ ਫੈਸਲਾ ਕੀ ਹੋਣਾ ਚਾਹੀਦਾ ਔਰ ਕੀ ਡ੍ਰਿੜ ਅਸ਼ਵਾਸ ਹੋਣਾ ਚਾਹੀਦਾ ਉਹ ਮੇਰੇ ਘਰ ਪਾਸਾ ਪਲਟਦਾ ਉਹਨਾਂ ਨੇ ਅੱਠ ਸਿੱਖਨੇ ਆਪਣੇ ਪਿਛਲੇ ਧੋਣੇ ਤੋਂ ਉੱਤੇ ਆਪਣੇ ਦੇਸ਼ ਦੀ ਆਪਣੀ ਇੱਜ਼ਤ ਰੱਖੀ ਟਾਈਗਰ ਹੀਰ ਸਾਡੇ ਕੋ ਤਿਰੰਗਾ ਝੰਡਾ ਅਸੀਂ ਅਗਲੇ ਦਿਨ ਲਾ ਚਲੋ ਮੈਂ ਖੋੜ ਛੋੜਾ ਹੈ ਬ੍ਰੇਕ ਲਵਾਂਗਾ ਬਗੜੇ ਬਾਜਵਾ ਕਹਿੰਦੇ ਮੈਂ ਪਾਸਾ ਪਲਟ ਦਿੱਤਾ ਪਰ ਪਾਸਾ ਖੁਦ ਕਿੰਨਾ ਲੈ ਪਾਉਂਦੇ ਆ ਸਵਾਲ ਇਹੀ ਹੈ ਬਰਗੇੜੀਆ ਬਾਜਵਾ ਨੂੰ ਅੱਜ ਵੀ ਇਹ ਸਟਿਚਸ ਐਡੇ ਤੰਗ ਕਰਦੇ ਪਿਆ ਇਹਦੇ ਬਾਰੇ ਅਸੀਂ ਗੱਲ ਕੀਤੀ ਬ੍ਰੇਕ ਤੋਂ ਬਾਅਦ ਵਾਪਸ ਆ ਕੇ ਗੱਲ ਸ਼ੁਰੂ ਕਰਾਂਗੇ ਇੱਕ ਰੁਫੇ ਤੁਹਾਡਾ ਸਵਾਦ ਕਰਤੇ ਆਂ ਬਰਗੇੜੀਆ ਐਮ ਪੀ ਐਸ ਬਾਜਵਾ ਮੈਂ ਇਹਨਾਂ ਦੇ ਨਾਂ ਅੱਗੇ ਪਿੱਛੇ ਕੁਝ ਹੋਰ ਨਹੀਂ ਜ਼ਿਕਰ ਕਰਨਾ ਚਾਹੁੰਦਾ ਕਿ ਆਪ ਤੇ ਆਪ ਵਿੱਚ ਇੱਕ ਮੁਕੰਮਲ ਨਾਮ ਹੈ ਜਿਹਨਾਂ ਨੂੰ ਰੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ ਬਰਗੇੜੀਆ ਬਾਜਵਾ ਅ ਜੋ ਮੇਰੇ ਕੋਲ ਜਾਣਕਾਰੀ ਹੈ ਮੈਂ ਉਹ ਜਾਣਕਾਰੀ ਦੇ ਆਧਾਰ ਤੇ ਤੁਹਾਡਾ ਸਵਾਲ ਲੈ ਰਿਹਾ ਮੈਨੂੰ ਪਤਾ ਲੱਗਿਆ ਕਿ ਸਟਿਚਸ ਕਰਕੇ ਤੁਸੀਂ ਇੱਕ ਪਾਸਾ ਜਿਹੜਾ ਉਹ ਆਪਦਾ ਪੂਰੀ ਤਰ੍ਹਾਂ ਵਰਤ ਵੀ ਨਹੀਂ ਪਾਰੇ ਸੌਂ ਵੀ ਨਹੀਂ ਪਾਰੇਗੇ ਇਹਦੇ ਵਿੱਚ ਕੋਈ ਸੱਚ ਹੈ ਹਾਂ ਜੀ ਮੈਂ ਹਮੇਸ਼ਾ ਕਿਉਂ ਜੋ ਮੇਰੇ ਸਟਿਚਸ ਆ ਲੈਫਟ ਰਾਈਟ ਤੇ ਪੂਰਾ ਦੇਣਾ ਸਟਿਚਸ ਨੇ ਮੈਨੂੰ ਉਹ ਜੋ ਜੋ ਉਮਰ ਮੈਂ ਜਾ ਕੇ ਟ੍ਰੀਟਮੈਂਟ ਅਯੁਰਵੈਦ ਦਾ ਦੂਜਾ ਵੀ ਲਈ ਹਰ ਟ੍ਰੀਟਮੈਂਟ ਲਈ ਹਾਂ ਹੁਣ ਹਮੇਸ਼ਾ ਮੈਨੂੰ ਰਾਈਟ ਸਾਈਡ ਤੇ ਸੌਣਾ ਪੈਂਦਾ ਜ਼ਿੰਦਗੀ ਭਰ ਮੈਂ ਉਹ ਸਪੈਸ਼ਲ ਪिलो ਮੇਰੇ ਵਾਸਤੇ ਰਾਈਟ ਸਾਈਡ ਤੇ ਸੌਣਾ ਹਾਂ ਮੈਂ ਲੈਫਟ ਸਾਈਡ ਲੈ ਨਹੀਂ ਸਕਦਾ ਉਸ ਵਕਤ ਹੀ ਮੈਨੂੰ ਇੱਕਦਮ ਆ ਜਾਂਦੀ ਹੈ ਬਾਕੀ ਇੰਜਰੀਜ਼ ਵੀ ਨੇ ਉਹ ਤੇ ਚਲੋ ਇੱਕ ਪਾਰਟ ਹੈ ਮੈਨੂੰ ਉਹ ਇੰਜਰੀਜ਼ ਜਦੋਂ ਯਾਦ ਆਉਂਦੀਆਂ ਨੇ ਔਰ ਜਦੋਂ ਮੈਨੂੰ ਇਹ ਯਾਦ ਕਰਾਉਂਦੀਆਂ ਨੇ ਇਹ ਜ਼ਰੂਰ ਗੱਲ ਹੈ ਕਿ ਮੈਨੂੰ ਆਪਣੇ ਆਪ ਨੂੰ ਹਰ ਰੋਜ਼ ਫਿਰੇ ਫਿਟ ਕਰਨ ਲਈ ਹਮੇਸ਼ਾ 3 ਕਿਲੋਮੀਟਰ ਰੋਜ਼ ਮੈਨੂੰ ਭੱਜਣਾ ਪੈਂਦਾ ਹੈ ਬਾਜ ਹਰ ਚੀਜ਼ ਐਕਸਰਸਾਈਜ਼ ਬਾਜ ਨੂੰ ਬਾਜ ਬਣ ਕੇ ਰਹਿਣਾ ਪੈਂਦਾ ਬਾਜ ਹਮੇਸ਼ਾ ਹੌਸਲੇ ਚ ਹੈ ਕਦੇ ਕੋਈ ਆ ਕੇ ਕਦੇ ਕੋਈ ਆ ਕੇ ਹੌਸਲਾ ਡੇਗਦਾ ਨਹੀਂ ਇਹ ਬਿਗੜੇ ਬਾਜਵਾ ਕਿਉਂ ਫੈਸਲਾ ਕਰ ਲਿਆ ਤੁਸੀਂ ਬਿਲਕੁਲ ਬਿਲਕੁਲ ਜੇ ਤੁਹਾਡੇ ਜੇ ਤੁਹਾਡੀ ਇੰਜਰੀ ਹੋ ਗਈ ਸੀ ਰੁਕ ਜਾਂਦੇ ਤੁਸੀਂ ਨਾ ਜਾਂਦੇ ਨਹੀਂ ਨਹੀਂ ਉਹ ਤਾਂ ਰੁਕਣ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਏ ਕੇ ਪੀ ਜੀ ਕਿਉਂਕਿ ਜੋ ਇਹ ਬਾਜ ਕਦੀ ਰੁਕਿਆ ਨਹੀਂ ਇਹ ਜੋ ਕੰਮ ਕਰੇਗਾ ਇੱਕ ਡਾਈ ਹਾਰਟ ਸੋਲਜਰ ਦੀ ਤਰ੍ਹਾਂ ਮੈਂ ਆਪਣਾ ਉਹ ਜੋਸ਼ ਚੀਜ਼ ਮੈਨੂੰ ਠੀਕ ਲੱਗੀ ਜੋ ਦ੍ਰਿੜ ਨਿਸ਼ਚੇ ਸੀ ਉਹਨੂੰ ਮੈਂ ਪਾਇਆ ਮੈਂ ਇੱਕ ਵਿਕਰਮ ਬੱਤਰਾ ਦਾ ਜ਼ਿਕਰ ਕਰਨਾ ਚਾਹੁੰਦਾ ਵਿਕਰਮ ਬੱਤਰਾ ਤੁਹਾਡੇ ਅੰਡਰ ਉਹਨਾਂ ਨੇ ਕੰਮ ਕੀਤਾ ਵਿਕਰਮ ਬੱਤਰਾ ਹਰਣੇ ਉਹਨਾਂ ਬਾਰੇ ਮੈਂ ਜਾਨਣਾ ਚਾਹੁੰਦਾ ਉਹਨਾਂ ਦਾ ਵੀ ਕੋਡ ਵਰਡ ਜੋ ਮੈਨੂੰ ਜਾਣਕਾਰੀ ਮਿਲੀ ਸ਼ੇਰ ਸ਼ਾਹ ਸੀਗਾ ਇੱਕ ਬਾਜ ਕਸ਼ੇਰ ਇਹ ਕਿਵੇਂ ਸਭ ਕੁਝ ਇਕੱਠਾ ਚੱਲਿਆ ਕੇ ਪੀ ਜੀ ਵਿਕਰਮ ਬੱਤਰਾ 13 ਜੈਕ੍ਰਿਫ ਤੇ ਉਹਨਾਂ ਦੀ ਯੂਨਿਟ ਸੀ ਜਿਹੜੀ ਕਿ ਮੇਰੀ ਐਕਚੁਅਲ ਯੂਨਿਟ ਸੀ ਜਿਹੜੋ ਕਿ ਮੈਂ ਇਨਸਰਜੈਂਸੀ ਇਲਾਕੇ ਸੂਪਰਸਾਰ ਜਾਂ ਜਿੱਥੇ ਮੈਨੂੰ ਉਡਾਇਆ ਗਿਆ ਜਾਂ ਪਟਨਸ ਇਸ ਨੂੰ ਪਰ ਲੋਕੇਟਡ ਸੰ ਵਿਕਰਮ ਪਟਰਾ ਜਦੋਂ ਕਮਿਸ਼ਨ ਲੈ ਕੇ ਆਏ ਨੇ ਨਵੇਂ ਨਵੇਂ 13 ਜੈਕ੍ਰਿਫਟ ਐਜ਼ ਅ ਲੈਫਟਨੈਂਟ ਇਹਨਾਂ ਨੂੰ ਮੈਂ ਟੈਰਰਿਸਟ ਦੀ ਡਿਊਟੀ ਚ ਐਮਬੁਸ਼ ਤੇ ਜੇਸ ਉਹਨਾਂ ਦੀ ਪਲਟਣ ਹੈ ਉੱਥੇ ਕੋਈ ਬਾਈ ਚਾਂਸ ਇਹਨਾਂ ਕੋ ਟੈਰਰਿਸਟ ਮਿਸ ਹੋ ਗਿਆ ਇੱਕ ਬਾਕੀ ਦੋ ਮਾਰੇ ਗਏ ਇੱਕ ਮਿਸ ਹੋ ਗਿਆ ਜੋ ਸਕੀਪ ਕਰ ਗਿਆ ਅਗਲੇ ਦਿਨ ਮੈਂ ਜੋ ਔਨ ਸਪਾਟ ਦੇਖਣ ਗਿਆ ਤੇ ਸੀਓ ਆਪਸ਼ਨ ਸੀਓ ਨੂੰ ਦੱਸਿਆ कि सर यंग सा, सर कोई, ए, कोई, कोई सी ਸਾਡਾ ਉਹਨਾਂ ਸਾਹਮਣੇ ਬਿਨੂਗਾ ਬੁਲਾਇਆ ਇਸਵਰੀ ਸਰ ਕੋਈ ਇੱਕ ਕੋਈ ਇਹਦੋ ਕੋਈ ਟੈਰਰਿਸਟ ਹੋ ਗਿਆ ਐ ਮਿਸ ਸੋ ਮੈਂ ਉਹਨੂੰ ਬੁਲਾਇਆ ਵਿਕਰਮ ਪਟਰਾ ਉਹ ਕੁਛ ਦਿਨ ਦੀ ਸਰਵਿਸ ਸੀ ਇਹਦੀ ਪਹਿਲੀ ਗੁਰਤੀ ਸੀ ਉਹਦੀ ਹਮ ਮੈਂ ਕਿਹਾ ਡੋਨਟ ਵਰੀ ਸਨ ਨੈਕਸਟ ਟਾਈਮ ਆਮ ਸ਼ੋਰ ਯੂ ਵਿਲ ਕਿਲ ਮਨੀ ਇਹ ਮੇਰੇ ਵਰਡਸਨ ਹੌਸਟਲ ਦੇਖ ਕੇ ਹੌਸਟਲ ਦੇਖ ਕੇ ਮੈਂ ਵਾਪਸ ਆ ਗਿਆ ਮੈਨੂੰ ਯਾਦ ਹੈ ਕੇਪੀ ਜੀ ਬੜੀ ਅਜੀਬ ਚੀਜ਼ ਹੋਈ ਕਿ ਜਦੋਂ ਮੈਂ ਪਲਟਨ ਨੂੰ ਰੁਖਸਤ ਕਰ ਰਿਹਾ ਸੀ ਜਾਣ ਲਈ ਟਗਰ ਲਈ ਤਿਆਰ ਸਨ ਕਿਉਂ ਜੋ ਅਲੱਗ-ਅਲੱਗ ਟਾਈਮ ਤੇ ਪਲਟਨਾ ਜਾ ਰਹੀਆਂ ਸੀ ਮੇਰਾ ਬ੍ਰਿਗੇਡ ਬਾਅਦ ਚ ਮੂਵ ਹੋਇਆ ਹੈਡਕੁਆਰਟਰ ਬਾਅਦ ਚ ਮੂਵ ਹੋਇਆ ਪਹਿਲਾਂ ਪਲਟਨ ਪਿੱਟਣੀ ਪਈ ਮੈਨੂੰ 30 ਜੈਕਰਫ ਸਾਰਿਆਂ ਦੇ ਨਾਲ ਜਦੋਂ ਜਾ ਕੇ ਬਾਅਦ ਚ ਮੈਂ ਦੇਖਿਆ ਕਿ ਲੈਫਟਨ ਬਿਕਰਮ ਬਤਰਾ ਮੇਰੇ ਕੋਲ ਦੁਬਾਰਾ ਵਾਪਸ ਆਏ ਉਹਨਾਂ ਮੈਨੂੰ ਸਮਾਰਟਲੀ ਸਲੂਟ ਕੀਤਾ ਉਹਨਾਂ ਕਹਿੰਦਾ ਸਰ ਆਈ ਹੈਡ ਮਿਸਡ ਵਨ ਟੈਰਰਿਸਟ ਬਿਫੋਰ ਨਾਓ ਆਮ ਗੋਇੰਗ ਫਾਰ ਅ ਵਾਰ answer i assure you i will not miss any enemy this time vikrampatra de word bilkul aur dekho kpg main jadon pouncheya tiger hillian to pehla unhane 5140 to already ek kabza kar liya si aur unhan da jo tuhanu pata code word sher shaahi daadi rakhi hui si jadon hi main 27 nu sveere uthya va sab to pehla mainu vikrampatra mil lae naj ek young officer ho si Maggie, hello Vikram, you are looking very smart and this beard and all, you are looking very matured and grown up. Mm -hmm. He says, Sir, I captured 5140 before you came. I assured you that at this time I will not leave the enemy. And I have I have, as per the assurance, I have kept my word. I have come to meet you, sir, for one request. Yes, I said, carry on. What request? He says, Sir, I believe you have been given a task to capture Tiger Hill. Says, you know it. He says, sir, I would like to lead that. The first sort of a person who is going to go on top, mm. I would love to go and please use me. You will never, you will, you will see Vikram Batra is not the same Vikram Batra with one missed a, a terrorist. Yeah. Uh, I know, sir, do you know that he is now Shersha, he is no more Vikram Batra? Mm. <laughs> oh, very good. Okay, Shersha, you will come with me. ਮੈਂ ਕੇਪੀਜੀ ਉਹਨਾਂ ਨੂੰ ਹੀ ਟਾਸ ਦਿੱਤਾ ਪਿਆ ਸੀ ਮੇਰੀ ਪਲਾਨ ਦੀ ਐਕਚੁਅਲ ਪਲਾਨ ਦੇ ਮੁਤਾਬਕ ਵਿਕਰਮ ਪਟਰਾ ਨੇ ਟੌਪ ਤੇ ਜਾਣਾ ਸੀ ਓਕੇ ਅੱਜ ਵਿਕਰਮ ਪਟਰਾ ਟੌਪ ਜਿਹਦਾ ਨਾਮ ਰੱਖਿਆ ਗਿਆ ਹੈ 4875 ਚ ਉਹ ਸ਼ਾਇਦ ਇਹ ਨਾਮ ਹੁੰਦਾ ਟੈਗਰ ਟੌਪ ਦਾ ਕਿਆ ਕਹਿੰਦੀ ਹੈ ਗੱਲਾਂ ਚੋ ਇਸ ਚੀਜ਼ ਨੇ ਮੈਂ ਕੇਪੀਜੀ ਇੱਕ ਗੱਲ ਕਹਿਣਾ ਚਾਹਾਂਗਾ ਸਿਰਫ ਜੀ ਜੋ ਸਾਡੀ ਕਾਰਗਿਲ ਦੀ ਲੜਾਈ ਹੋਈ ਮੈਂ ਤਰਜੀਹ ਸਭ ਤੋਂ ਜ਼ਿਆਦਾ ਸ਼ਾਬਾਸ਼ੀ ਦੇਣਾ ਚਾਹਾਂਗਾ ਆਪਣੇ ਯੰਗ ਆਫਸਰ ਨੂੰ ਠੀਕ ਹੈ ਤਸਵੀਜ਼ ਹੁੰਦੀ ਹੈ ਸਾਡੇ ਕਮਾਂਡਰਸ ਦੀ ਉਹਨੂੰ ਐਗਜ਼ੀਕਿਊਟ ਕਰਨ ਲਈ ਬੰਦਾ ਚਾਹੀਦਾ ਐਗਜ਼ੀਕਿਊਟ ਕੀਤਾ ਸਾਡੇ ਯੰਗ ਆਫਸਰਸ ਨੇ ਚਾਹੇ ਮਨੋਜ ਪਾਂਡੇ ਸੀ ਚਾਹੇ ਵਿਕਰਮ ਪਤਰਾ ਸੀ ਚਾਹੇ ਨੋਜ ਨਾਇਰ ਸੀ ਚਾਹੇ ਅਚਾਰਿਆ ਸੀ ਨਾਮ ਲੈ ਲਓ ਤੁਸੀਂ ਹੈਰਾਨ ਹੋਗੇ ਕੇਪੀਜੀ ਕਿ ਕਾਰਗਲ ਦੀ ਲੜਾਈ ਦੇ ਵਿੱਚ 26 ਆਫਸਰ ਸਾਡੇ ਸ਼ਹੀਦ ਹੋਏ 21 ਜੇਸੀਓ ਤੇ 452 ਜਵਾਨ ਰੇਸ਼ੋ ਦੇਖੋ ਆਫਸਰਸ ਦਾ ਜ਼ਖਮੀਆਂ ਚ 66 ਆਫੀਸਰ ਜ਼ਖਮੀ ਹੋਏ 61 ਜੋ ਜੈਸੀਜ਼ ਹੋਏ ਔਰ 1085 ਜਵਾਨ ਜੋ ਹੈ ਉਹ ਇੱਕ ਤੁਸੀਂ ਸ਼ਹੀਦ ਔਰ ਜ਼ਖਮੀ ਦਾ ਦੋਹਾਂ ਦਾ ਵੇਖੋ 92 ਆਫੀਸਰ ਸਨ ਹੂੰ ਜਿਹਨਾਂ ਯੰਗ ਆਫਸਰਸ ਨੇ ਸਾਡੇ ਦੇਸ਼ ਦੀ ਸਾਡੇ ਕਾਰਗਿਲ ਚ ਲੜਾਈ ਲੜੀ ਔਰ ਉਹਨਾਂ ਦੀ ਲੀਡਰਸ਼ਿਪ ਕਰਕੇ ਹੀ ਸਦਕਾਈ ਅਸੀਂ ਕਾਰਗਿਲ ਤੇ ਦੁਬਾਰਾ ਉਹਨਾਂ ਨੂੰ ਕਬਜ਼ਾ ਕਰ ਸਕੇ ਸਾਰੀਆਂ ਪਾੜੀਆਂ ਤੇ ਮੈਂ ਕੇਪੀਜੀ ਹੀ ਕਹਾਗਾ ਮੈਂ ਸਲੂਟ ਕਰਾਂਗਾ ਉਹਨਾਂ ਮਾਮਾਂ ਨੂੰ ਉਹਨਾਂ ਨੂੰ ਬਾਪ ਨੂੰ ਜਿਨ੍ਹਾਂ ਨੇ ਆਪਣੇ ਬੇਟੇ ਵਾਰੇ ਇਸ ਕਾਰਗਿਲ ਦੀ ਲੜਾਈ ਦੇ ਵਿੱਚ ਮੈਂ ਸਲੂਟ ਕਰਾਂਗਾ ਉਹਨਾਂ ਨੂੰ ਪੈਣਾ ਨੂੰ ਜਿਨ੍ਹਾਂ ਨੇ ਆਪਣੇ ਵੀਰ ਮਾਰੇ ਵਾਰੇ ਮੈਂ ਸਲੂਟ ਕਰਾਂਗਾ ਉਹ ਵੀਰ ਨਾਰੀਆਂ ਨੂੰ ਜਿਨ੍ਹਾਂ ਆਪਣੇ ਸਵਾਗ ਨਿਸ਼ਾਵਰ ਕਰਦੇ ਜਿਨ੍ਹਾਂ ਆਪਣਾ ਅੱਜ ਸਾਡੇ ਕੱਲ ਹੀ ਦਿੱਤਾ ਮੈਂ ਕਹਿੰਨਾ ਕਿ ਇਹ ਲੜਾਈ ਜਿਹੜੀ ਕਾਰਗਿਲ ਦੀ ਲੜਾਈ ਇੱਕ ਬਹੁਤ ਹੀ ਅਹਿਮ ਲੜਾਈ ਸੀ ਜਿੱਚ ਕਿਨਾਂ ਯੰਗ ਆਫਸਰਸ ਨੇ ਮੈਂ ਪਹਿਲੀ ਵਾਰ ਮੈਂ ਪਹਿਲੀ ਵਾਰ ਇਹਨਾਂ ਨੂੰ ਇਮੋਸ਼ਨਲ ਦੇਖ ਰਿਹਾ ਬਗੜੇ ਪਾਜਾ ਅਸੀਂ ਕਿ ਐਵੇਂ ਸਿ ਇਮੋਸ਼ਨ ਕਰ ਦਿੰਦੇ ਹੋ ਕਈ ਵਾਰ ਇਮੋਸ਼ਨ ਬਹੁਤ ਜ਼ਿਆਦਾ ਹੋ ਜਾਂਦਾ ਖਾਸ ਤੌਰ ਤੇ ਜਦੋਂ ਇਹ ਗੱਲਾਂ ਆਉਂਦੀਆਂ ਨੇ ਔਰ ਜਿਹੜੀਆਂ ਹੱਥਾਂ 'ਚ ਅਸੀਂ ਜਿਨ੍ਹਾਂ ਦੇ ਅਸੀਂ ਲੀਆਂ ਨੇ ਔਰ ਖੂਨ ਦੇ ਗਿਆ ਆਪਣੇ ਹੱਥਾਂ 'ਚ ਦਿਲਦਾ ਉਹ ਚੀਜ਼ ਨੂੰ ਯਾਦ ਆਉਂਦੀ ਹੈ ਤੇ ਤੁਹਾਨੂੰ ਸੌਰੀ ਨਹੀਂ ਨਹੀਂ ਤੁਸੀਂ ਮੈਂ ਅਜੇ ਫੌਜੀ ਐ ਇਮੋਸ਼ਨੇਟ ਹੀ ਹੋਣਾ ਚਾਹੁੰਦਾ ਪਰ ਮੇਰਾ ਖਿਆਲ ਤੁਸੀਂ ਪਾਪਾ ਇਸ ਚੀਜ਼ ਤੇ ਚਲੇ ਗਏ ਮੈਂ ਮੈਂ ਤੁਹਾਨੂੰ ਵੀ ਸਲੂਟ ਕਰਦਾ ਤੁਹਾਡੀ ਮਾਂ ਨੂੰ ਵੀ ਸਲੂਟ ਕਰਦਾ ਦੇਖੋ ਅਸੀਂ ਇੱਕ ਜਾਂ ਇੱਕ ਫੌਜੀ ਦੀ ਸੀਚ ਇੱਕ ਬਾਜ ਦੀ ਸੀਚ ਇੱਕ ਡਾਈ ਹਾਰਟ ਸੋਲਜਰ ਦੀ ਸੀਚ ਮੈਂ ਜੋ ਆਪਣੀ ਜ਼ਿੰਦਗੀ ਕੱਟੀ ਮੈਨੂੰ ਉੱਤੇ ਬਹੁਤ ਮਾਣ ਹੈ ਇਹ ਗੱਲ ਸ਼ਾਇਦ ਕਿਸੇ ਨੂੰ ਨਹੀਂ ਪਤਾ ਹੋਗੀ ਬਰਗੜੇ ਬਾਜਵਾ ਪ੍ਰੀ ਮੈਚੁਰ ਬੇਬੀ ਹੈ ਤੇ ਉਹ ਬ੍ਰਿਗੇਡિયਰ ਬਾਜਪਾ ਜਦੋਂ ਇੱਥੋਂ ਤੱਕ ਪਹੁੰਚਦੇ ਆ ਦੋ ਵਾਰ ਸ਼ਹੀਦ ਹੁੰਦੇ ਜੋ ਡੈਕਲੇਰੇਸ਼ਨ ਹੋ ਜਾਂਦੀ ਹੈ ਕਿ ਬ੍ਰਿਗੇਡિયਰ ਬਾਜਪਾ ਨੋ ਮੋਰ ਉਸ ਦੇ ਬਾਅਦ ਉਹ ਬ੍ਰਿਗੇਡિયਰ ਬਾਜਪਾ ਇੱਥੇ ਸਾਡੇ ਸਾਹਮਣੇ ਬੈਠੇ ਹੈ ਇਸ ਕਰਕੇ ਬੈਠੇ ਹੈ ਕਿਉਂ ਜੋ ਪ੍ਰਮਾਤਮਾ ਨੇ ਚਾਇਆ ਸੀ ਮੇਰੇ ਕੋਲ ਇਹ ਸਾਰੇ ਕੰਮ ਕਰਾਉਣੇ ਔਰ ਮੇਰੇ ਦ੍ਰਿੜ ਨਿਸ਼ਚੈ ਸੀ ਕਿ ਕੰਮ ਕਰਨੇ ਔਰ ਇਸ ਕਰਕੇ ਮੇਰੇ ਖਿਆਲ ਮੇਰੀ ਬਹੁਤ ਜ਼ਿਆਦਾ ਅੱਜ ਮੈਂ ਅੱਜ ਜਸਪੰਜਾਬੀ ਦੇ ਸਾਹਮਣੇ ਸੋਤਿਆਂ ਦੇ ਬੈਠਿਆ ਇਹ ਮੇਰੇ ਉਹਨਾਂ ਨੂੰ ਮੁਖਾਤਬ ਕਰ ਰਿਹਾ ਇਹ ਮੇਰੇ ਖਿਆਲ ਤਾਂ ਹੀ ممکن ਹੋਇਆ ਕਿ ਪ੍ਰਮਾਤਮਾ ਨੇ ਮੈਨੂੰ ਜ਼ਿੰਦਾ ਰੱਖਿਆ ਇਸ ਜੇ ਤੁਹਾਡੇ ਤੁਹਾਡੇ ਜਨਮ ਵੇਲੇ ਡਾਕਟਰਾਂ ਨੇ ਕਹਿਤਾ ਸੀਗਾ ਵੀ ਮੁਸ਼ਕਲ ਹੈ ਬਚਣਾ ਉਸ ਤੋਂ ਬਾਅਦ ਡਾਕਟਰਾਂ ਨੇ ਕਿੰਨੇ ਵਾਰੀ ਕਹਿਤਾ ਮੁਸ਼ਕਲ ਹੈ ਬਚਣਾ ਤੇ ਉਸ ਸ਼ਖਸ ਨੂੰ ਗਵਾਂਢੀ ਮੁਲਕ ਜਿੰਨਾ ਜੰਗ ਲੜੀ ਗਈ ਉਹ ਵੀ ਸਲੂਟ ਕਰਦਾ ਪਿਆ ਉਸ ਪਾਕਿਸਤਾਨ ਨੂੰ ਕੁਝ ਕਹਿਣਾ ਚਾਹੁੰਦੇ ਹਾਂ ਉਸ ਨਾਲ ਸ਼ਾਂਤੀ ਦੇ ਦਰਵਾਜ਼ੇ ਖੋਲ੍ਹਣਾ ਚਾਹੁੰਦੇ ਹਾਂ ਪਾਕਿਸਤਾਨ ਨੂੰ ਮੈਨੂੰ ਖੁਸ਼ੀ ਇਸ ਚੀਜ਼ ਦੀ ਹੋਈ ਕਿ ਵੀ ਜੀ ਕਿ ਮੇਰੀ ਉਹਨਾਂ ਦੇ ਜੋ ਵਾਲਿਦ ਨੇ ਉਹਨਾਂ ਦੇ ਫਾਦਰ ਨੇ ਕੈਪਟਨ ਕਰਨਾਲ ਸ਼ੇਰਖਾਂ ਦੀ ਗੱਲ ਕਰ ਰਹੇ ਜਿਨ੍ਹਾਂ ਨੂੰ ਨਿਸ਼ਾਨੇ ਹਜ਼ਰ ਮਿਲਿਆ ਉਹਨਾਂ ਨੇ ਬਹੁਤ ਅੱਛੀ ਲੈਟਰਿਕ ਗਵਰਨਮੈਂਟ ਦੇ ਕਲਕੁਲੇਟਰ 'ਤੇ ਇਹ ਨਕਾਸ਼ ਕੋ ਤੁਹਾਨੂੰ ਪੜਵਾ ਸਕਦਾ ਉਹਦੇ 'ਚ ਉਹਨਾਂ ਨੇ ਲਿਖਿਆ ਕਿ ਅਸੀਂ ਬਹੁਤ ਮਸ਼ਕੂਰ ਹਾਂ ਆਪਣੇ ਦੁਸ਼ਮਨ ਦੇਸ਼ ਦੇ ਜਿਨ੍ਹਾਂ ਕੇ ਮੇਰੇ ਬੇਟੇ ਨੂੰ ਇੰਨੀ ਜ਼ਿਆਦਾ ਇੱਜ਼ਤ ਨਾਲ ਉਹਨਾਂ ਦੇ ਇੱਕ ਕਮਾਂਡਰ ਨੇ ਔਰ ਮੈਂ ਮੈਨੂੰ ਖੁਸ਼ੀ ਹੁੰਦੀ ਹੈ ਕਿ ਹਮੇਸ਼ਾ ਮਾਰਾ ਨਾਮ ਮੇਰੀ ਫੋਟੋ ਯੂਜ਼ ਕਰਦੇ ਨੇ ਇਥੋਂ ਤੱਕ ਕਿ ਈਦ 'ਤੇ ਵੀ ਉਹਨਾਂ ਨੇ ਆਪਣੇ ਸ਼ਾਇਆ ਕੀਤੀ ਹੈ ਫੋਟੋ टू हीरोज ऑफ टाइगर इन उन मेरी फोटो ना एक साइड से एक साइड पे कैप्टन कना शेर खान ये हिस्ट्री च पहली बार ही हां ah, पहली बार ही होया है uh, और नीचे लिखा no I mean. हो, है लेट दे बी नो वार बिटवीन द टू कंट्रीज आई मीन ਤੁਸੀਂ ਚਾਹੁੰਦੇ ਹੋ ਵਾਰ ਹੋਣੀ ਹੋਣੀ ਚਾਹੀਦੀ ਮੈਂ ਕਦੀ ਨਹੀਂ ਚਾਹਾਂਗਾ ਕਿਉਂ ਚਾਹਾਂਗਾ ਮੈਂ ਵਾਰ ਹੋਣੀ ਪਰ ਜਦੋਂ ਜਦੋਂ ਤੁਸੀਂ ਪੀਸ ਚਾਹੁੰਦੇ ਹੋ ਯੂ हैव टू ਬੀ ਪ੍ਰੇਪੇਅਰਡ ਫਾਰ ਵਾਰ ਇਹ ਜ਼ਰੂਰ ਹੈ ਜੇ ਤੁਸੀਂ ਚਾਹੁੰਦੇ ਹੋ ਪੀਸ ਯੂ हैव टू ਬੀ ਪ੍ਰੇਪੇਅਰਡ ਜੇ ਕਰਦੇ ਤੁਸੀਂ ਤੁਹਾਨੂੰ ਕੋਈ ਦੁਸ਼ਮਣ ਕਸੌਂਦਾ ਫਿਰ ਤੁਹਾਨੂੰ ਉਸ ਚੀਜ਼ ਨਾਲ ਪੂਰਾ ਤਰੀਕੇ ਨਾਲ ਉਹਨਾਂ ਕਰਨਾ ਪੈਂਦਾ ਜਿਵੇਂ ਕਿ ਅਸੀਂ ਸਾਡੇ ਕੋਈ ਵੀ ਕਨਵੈਨਸ਼ਨ ਵਾਲ ਮੇਰਾ ਖਿਆਲ ਨਹੀਂ ਕਿ ਪਾਕਿਸਤਾਨ ਸਾਡੇ ਕਾਬਿਲ ਹੋਏ ਕਿ ਸਾਡੇ ਇਹ ਯੰਗ ਆਫਸਰ ਸਾਡੇ ਜਵਾਨਾਂ ਨਾਲ ਦਰਸ ਤੁਸੀਂ ਅੱਜ ਬਹੁਤ ਕੁਝ ਦੱਸਿਆ ਬਰਗੜੇ ਬਾਜਵਾ ਇੱਕ ਆਖਰੀ ਸਵਾਲ ਕਰਨਾ ਚਾਹੁੰਦਾ ਹੈ ਇਸ ਸਵਾਲ ਸ਼ਾਇਦ ਤੁਹਾਨੂੰ ਚੁਭੂਗਾ ਵੀ ਤੁਹਾਡੀ ਰეკਮੈਂਡੇਸ਼ਨ ਤੇ ਨਿਸ਼ਾਨੇ ਹیدر ਮਿਲਿਆ ਪਾਕਿਸਤਾਨ ਚ ਇੱਥੇ ਪਰ ਵੀਰ ਚੱਕਰ ਮਿਲਿਆ ਬਰਗੜੇ ਬਾਜਵਾ ਨੂੰ ਅੱਜ ਕੋਈ ਅਫਸੋਸ ਹੈਗਾ ਕਿ ਇਨਾ ਕੁਛ ਕੀਤਾ ਤੇ ਉਹ ਸਨਮਾਨ ਜਿਹੜਾ ਉਹ ਜਿਹੜਾ ਬਰਗੜੀ ਬਾਜੋਂ ਮਿਲਣਾ ਚਾਹੀਦਾ ਸੀ ਉਹ ਨਹੀਂ ਮਿਲਿਆ ਹੈ ਜਾਂ ਨਹੀਂ ਕੇਪੀਜੀ ਮੈਨੂੰ ਕਦੇ ਵੀ ਨਹੀਂ ਨਾਟ ਇਵਨ 1% ਕਿਹਾ 0% ਵੀ ਨਹੀਂ ਕਿਉਂਕਿ ਜੋ ਮੈਂ ਆਪਣਾ ਕੰਮ ਕੀਤਾ ਜੇ ਅੱਜ ਉਹ ਮੇਰੇ ਲਈ ਨਿਸ਼ਾਨੇ ਹਾਇਦਰ ਸਭ ਤੋਂ ਮੇਰੇ ਲਈ ਫਖਰ ਹੈ ਕਿ ਉਹ ਨਿਸ਼ਾਨੇ ਹਾਇਦਰ ਮਿਲਿਆ ਮੇਰੇ ਲਈ ਫਖਰ ਹੈ ਕਿ ਮੈਂ ਆਪਣੇ ਇੱਕ ਜਵਾਨ ਨੂੰ ਪਰਮ ਫਿਰ ਚੱਕਰ ਦਵਾਇਆ ਕਿੰਨੇ ਮਹਾਵੀਰ ਚੱਕਰ ਦਵਾਏ ਕਿੰਨੇ ਵੀਰ ਚੱਕਰ ਦਵਾਏ ਮੈਨੂੰ ਅਗਰ ਯੁੱਧ ਸੇਵਾ ਮੈਡਲ ਮਿਲਿਆ ਮੈਨੂੰ ਕੋਈ ਅੱਛੀ ਯੂਜ਼ਰ ਨਹੀਂ ਇਹ ਵੀ ਨਾ ਦਿੰਦੇ ਤਾਂ ਕੋਈ ਗੱਲ ਨਹੀਂ ਸੀ ਮੇਰੇ ਕੋਲ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਸੁਕਾਂ ਕਿ ਮੇਰੇ ਆਪਣੇ ਜੋ 48 ਟਾਂਕੇ ਨੇ ਮੇਰੇ ਤੇ ਮੈਨੂੰ ਮਾਣ ਹੈ ਆਮ ਸੋ ਪ੍ਰਾਊਡ ਆਫ ਮਾਈ 48 ਸਟਿਚਸ ਆਮ ਨੋਟ ਇਵਨ ਦੈਟ ਪ੍ਰਾਊਡ ਆਫ ਆ ਮਾਈ ਗੈਲੈਂਟਰੀ ਵਾਰਡ ਔਰ 15 ਮੈਡਲ ਜਿਹੜੇ ਮੈਂ ਜਿੱਤੇ ਨੇ ਹਿੱਕ ਤੇ ਲਾਉਣਾ ਵਾਂ ਸ਼ਾਨ ਨਾਲ ਉਸ ਤੋਂ ਵੀ ਜ਼ਿਆਦਾ ਮੇਰਾ ਖਿਆਲ ਮੈਂ ਤੁਹਾਡੇ ਸਾਹਮਣੇ ਅੱਜ ਗੱਲ ਕਰ ਰਿਹਾ ਔਰ ਤੁਹਾਡੇ ਨਾਲ ਮੁਖਾਤਬਾਂ ਔਰ ਜਸ ਪੰਜਾਬੀ ਟੀਵੀ ਤੇ ਜੋ ਤੇ ਨਾ ਗੱਲ ਕਰ ਰਿਹਾ ਇਸ ਤੋਂ ਵੱਡੀ ਗੱਲ ਕੀ ਹੋ ਸਕਦੀ ਹੈ ਇਹ ਮੇਰੇ ਸਭ ਤੋਂ ਵੱਡਾ ਵਾਰਡ ਹੈ ਚਲੋ ਇਹ ਇੱਕ ਫੌਜੀ ਹੀ ਕਹਿ ਸਕਦਾ ਕਿ ਮੇਰੇ ਲਈ ਇਹ ਸਾਰੇ ਅਵਾਰਡ ਆ ਜਿਹੜੇ ਬਹੁਤ ਵੱਡੇ ਆ ਇੱਕ ਫੌਜੀ ਕਹਿ ਸਕਦਾ ਹੋਰ ਕੋਈ ਨਹੀਂ ਕਹਿ ਸਕਦਾ ਬਾਕੀ ਸਭ ਕਹਿੰਦੇ ਆ ਸਾਨੂੰ ਆ ਸਨਮਾਨ ਨਹੀਂ ਮਿਲਿਆ ਉਹ ਨਹੀਂ ਮਿਲਿਆ ਤੁਸੀਂ ਹੀ ਬੋਲਦੇ ਤੁਸੀਂ ਕਹਿੰਦੇ 48 ਜਿਹੜੇ ਟਾਂਕੇ ਆ ਮੇਰੇ ਲਈ ਉਹ ਅਵਾਰਡ ਆ ਬਿਲਕੁਲ ਉਹੀ ਵਾਰਡ ਹੈ ਮੇਰੇ ਲਈ ਚਲੋ ਮੇਰੇ ਗੱਲ ਬਾਤਵਾ ਵਿੱਚ ਬਹੁਤ ਕੁਝ ਤੁਹਾਨੂੰ ਹੋਰ ਵੀ ਪੁੱਛਣਾ ਚਾਹੁੰਦਾ ਪਰ ਹੁਣ ਵਕਤ じゃ ਇਤਨੀ ਦੇ ਰਿਹਾਗਾ ਕੁਝ ਅਖੀਰ ਵਿੱਚ ਤੁਸੀਂ ਕੁਝ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਮੈਂ ਸਿਰਫ ਯੂਥ ਨੂੰ ਇਹ ਸੁਨੇਹਾ ਦੇਣਾ ਚਾਹਾਂਗਾ ਕਿ ਆਧੇ ਜੰਗ ਜਨਰੇਸ਼ਨ ਜਿਹੜੀ ਹੈ ਉਹ ਠੀਕ ਹੈ ਬਹੁਤ ਐਵੇਨਿਊਜ਼ ਖੁੱਲ ਕੇ ਨੇ ਸਾਡੇ ਵਕਤ ਐਵੇਨਿਊਜ਼ ਤਿੰਨ ਹੁੰਦੇ ਸੀ ਫੌਜ ਜਾਣਾ ਇੰਜੀਨੀਅਰ ਜਾਂ ਡਾਕਟਰ ਪਰ ਮੈਂ ਇੱਕ ਚੀਜ਼ ਦੱਸਣਾ ਚਾਹੁੰਦਾ ਕਿ ਜੋ ਫੌਜ ਹੁਣਾ ਇੱਕ ਡਿਸਪਲਿਨ ਹੋਣਾ ਲਾਈਫ ਦੇ ਵਿੱਚ ਚਾਹੇ ਤੁਸੀਂ ਸਿਵਲ ਸਟਰੀਮ ਕਿਸੇ ਵੀ ਚੀਜ਼ ਜਾਓ ਆ ਸਾਡੇ ਸਾਇੰਸ ਸਕੂਲ ਦੇ ਡਾਕਟਰ ਵੀ ਨੇ ਜਿਹੜੇ ਨਹੀਂ ਜਾ ਸਕੇ ਫੌਜ ਉਹ ਵੀ ਅਲੱਗ-ਅਲੱਗ ਡਿਪਾਰਟਮੈਂਟਸ ਨੇ ਕੋਈ ਫੌਨ ਕੰਟਰੀ ਕਿਤੇ ਉਹ ਬੜੇ ਸਕਸੈਸਫੁਲ ਨੇ ਕਿਉਂਕਿ ਜੋ ਉਹਨਾਂ ਨੇ ਸ਼ੁਰੂ ਤੋਂ ਡਿਸਪਲਿਨ ਲਾਈਫ ਸਿੱਖੀ ਹੈ ਮੈਂ ਚਾਹਾਂਗਾ ਕਿ ਜੇ ਤੁਸੀਂ ਫੌਜ ਨਹੀਂ ਆ ਸਕਦੇ ਕਿਸੇ ਕਾਰਨ ਵਾਸਤੇ ਜੋਇਨ ਨਹੀਂ ਕਰ ਸਕਦੇ ਪਹਿਲੀ ਗੱਲ ਤੇ ਮੈਂ ਫੌਜ ਵਿੱਚ ਮੈਂ ਚਾਹਣਾ ਕਿ ਅੱਜ ਅਸੀਂ ਐਡਵੈਂਚਰਸ ਲਈ ਜਾਂਦੇ ਹਾਂ ਸਾਰੇ ਯੰਗ ਜਨਰੇਸ਼ਨ ਮੈਂ ਵੇਖਿਆ ਕੋਈ ਪੰਜੀ ਜੰਪ ਲਈ ਜਾਂਦਾ ਹੈ ਕੋਈ ਸਕੂਬਾ ਡਾਈਵਿੰਗ ਲਈ ਜਾਂਦਾ ਹੈ ਕੋਈ ਸਕਾਈ ਸਕਾਈ ਡਾਈਵਿੰਗ ਲਈ ਜਾਂਦਾ ਹੈ ਕੋਈ ਟ੍ਰੈਕਿੰਗ ਲਈ ਜਾਂਦਾ ਹੈ ਕੋਈ ਹਾਈਕਿੰਗ ਲਈ ਉਹ ਤੁਹਾਨੂੰ ਮੁਫਤ ਮਿਲ ਰਿਹਾ ਸਾਰਾ ਕੁਝ ਇੱਥੇ ਸਾਰਾ ਕੁਝ ਤੁਹਾਨੂੰ ਦੇ ਰਿਹਾ ਤੁਹਾਡੀ ਐਡਵੈਂਚਰਸ ਲਾਈਫ ਹੈ ਤੁਹਾਡੀ ਸਾਰਾ ਕੁਝ ਤੁਹਾਡੇ ਸਾਹਮਣੇ ਮੈਂ ਬੈਠਾ ਹਾਂ ਜ਼ਿੰਦਗੀ ਚ ਲੜਿਆ ਡਰਨਾ ਦੀ ਕੋਈ ਚੀਜ਼ ਨਹੀਂ ਸੜਲੀ ਤੇ ਉਹੀ ਸ਼ੋਨੇ ਦਾ ਡਾਇਲੌਗ ਬਿਲਕੁਲ ਸੂਟ ਕਰਦਾ ਕਿ ਜੋ ਡਰ ਗਿਆ ਸਮਝੋ ਮਰ ਗਿਆ ਅਗਰ ਜੋ ਮੈਂ ਇਨੀ ਵਾਰੀ ਬਚ ਗਿਆ ਔਰ ਤੁਹਾਡੇ ਸਾਹਮਣੇ ਬੈਠਾ ਕਿਉਂ ਜੋ ਵਕਤ ਔਰ ਉਹ ਜਗਾ ਜੋ ਹੈ ਉਹ ਲਿਖੀ ਹੈ ਹਮ ਤੇ ਫਿਰ ਡਰ ਕਿਸ ਚੀਜ਼ ਦਾ ਵੀ ਹੋਣਾ ਨਹੀਂ ਜਾਣਾ ਵੀ ਮਰ ਤੋਂ ਡਰਦੇ ਇਹ ਡਰ ਨਹੀਂ ਨਿਕਲਣਾ ਚਾਹੀਦਾ ਔਰ ਇੱਕ ਬੜੀ ਅੱਛੀ ਲਾਈਫ ਹੈ ਮੈਂ ਚਾਹਾਂਗਾ ਕਿ ਉਹਨਾਂ ਨੂੰ ਹਰ ਕੁਛ ਨਹੀਂ ਕਮ ਸੇ ਕਮ ਐਨਸੀਸੀ ਜੁਆਇਨ ਕਰਕੇ ਡਿਸਪਲਨਡ ਲਾਈਫ ਤੇ ਆਉਣ ਔਰ ਆਪਣੇ ਆਪ ਚ ਡਿਸਪਲਨ ਰੱਖਣ ਇਹ ਸਿਰਫ ਮੋਬਾਈਲ ਤੇ ਬਾਕੀ ਗੇਮ ਜਿਹੜੀਆਂ ਖੇਡਣੀਆਂ ਬਹੁਤ ਸੌਖੀਆਂ ਨੇ ਕਿ ਮਾਰਨਾ ਚਾਉਣਾ ਉੱਤੇ ਪਰ ਅਸਲ ਜਿਹੜੀ ਲੜਾਈ ਹੁੰਦੀ ਹੈ ਉਦੋਂ ਪਤਾ ਲੱਗਦਾ ਹੈ ਕਿ ਗੁਰਦਾ ਕਿੰਨਾ ਹੈ ਕਿੰਨਾ ਦਿਲ ਇੱਥੇ ਹੈ ਜਾਂ ਇੱਥੇ ਚਲ ਡਰ ਕੇ ਆ ਕੇ ਜਿੱਤ ਹੈ ਬਿਲਕੁਲ ਬਹੁਤ ਧਰਮਾਤ ਬਰਗੜੀਆ ਬਾਜਵਾ ਤੁਸੀਂ ਵਾਕਤ ਕਿਹਾ ਬਹੁਤ-ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਮੈਨੂੰ ਬੁਲਾਇਆ ਅੱਜ ਆਪਣੇ ਸਟੂਡੀਓ 'ਚ ਔਰ ਜਸ ਪੰਜਾਬੀ ਦੇ ਸ਼ਰੋਤਿਆਂ ਨੂੰ ਮੈਂ ਸ਼ੁਕਰੀਆ ਅਦਾ ਕਰਨਾ ਕਾ ਜਿਨ੍ਹਾਂ ਨਾਲ ਮੈਂ ਅੱਜ ਮੁਖਾਤਬ ਹੋਇਆ ਜਿਨ੍ਹਾਂ ਨਾਲ ਮੈਂ ਗੱਲ ਕਰ ਸਕਾਂ ਤੁਹਾਡੇ ਤੁਸੀਂ ਇੱਕ ਵਾਰ ਫਿਰ ਤੁਹਾਨੂੰ ਸਲੂਟ ਸਰ ਥੈਂਕ ਯੂ ਸਰ ਇਸਨ ਬਰਗੇੜੀਆ ਬਾਜਵਾ ਜਿਨ੍ਹਾਂ ਨੇ ਉਹ ਪਹਿਲੂ ਸਾਡੇ ਨਾਲ ਸਾਂਝੇ ਕੀਤੇ ਜਿਹੜੇ ਇਸ ਤੋਂ ਪਹਿਲਾਂ ਸ਼ਾਇਦ ਤੁਸੀਂ ਨਹੀਂ ਸੁਨੇਗੇ ਕਰਕਿਲ ਵੇਲੇ ਕੀ ਹੋਇਆ ਬੰਗਲਾਦੇਸ਼ ਦੇ ਨਾਲ ਉਦੋਂ ਕੀ ਕੁਝ ਹੋਇਆ ਸੀਗਾ ਉਦੋਂ ਬਰਗੇੜੀਆ ਬਾਜਵਾ 22 ਸਾਲ ਦੇ ਸਨ ਤੇ ਬਰਗੇੜੀਆ ਬਾਜਵਾ ਨੇ ਕਰਕਿਲ ਜੰਗ ਵੇਲੇ ਕੀ ਕੀਤਾ ਉਹ ਸਭ ਇਤਿਹਾਸ ਵਿੱਚ ਦਰਜ ਹੋ ਜਾਵੇਗਾ ਦਰਜ ਹੋ ਚੁੱਕਿਆ ਹੈ ਕਰਕਿਲ ਦਫਤੇ ਦਿਵਸ ਕਰਗਿਲ ਦਾ ਵਿਜੇ ਦਿਵਸ ਅਸੀਂ ਹਰ ਸਾਲ ਮਨਾ ਰਹੇ ਹਾਂ ਪਰ ਹਰ ਸਾਲ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਜਵਾਨਾਂ ਕੋਲੋਂ ਜਿਹੜੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦੇ ਆ ਉਹਨਾਂ ਦੇ ਐਕਸਪੀਰੀਅੰਸ ਉਹਨਾਂ ਦੀ ਤਿਆਰਬੇ ਉਹ ਸਾਡੇ ਨਾਲ ਸਾਂਝੇ ਕਰ ਸਕਣ ਤਾਂ ਜੋ ਅਸੀਂ ਤੁਹਾਡੇ ਨਾਲ ਉਹ ਸਾਂਝੇ ਕਰ ਸਕੀਏ ਬਰਗੜੇ ਬਾਜਵਾ ਆਰਡੀਐਕਸ ਤੇ ਵਸਫੋਰਟ ਵਿੱਚ ਵੱਜ ਜਾਂਦੇ ਆ ਬਰਗੜੇ ਬਾਜਵਾ ਤੇ ਇਨਾਮ ਰੱਖਿਆ ਜਾਂਦਾ ਹੈ ਪਾਕਿਸਤਾਨ ਦੇ ਵਿੱਚ 50 ਲੱਖ ਰੁਪਇਆ ਉਸ ਤੋਂ ਬਾਅਦ 60 ਲੱਖ ਹੋ ਜਾਂਦਾ ਹੈ ਪਾਕਿਸਤਾਨ ਦੇ ਵਿੱਚ ਹੀ ਇਹਨਾਂ ਦਾ ਸਨਮਾਨ ਕੀਤਾ ਜਾਂਦਾ ਹੈ ਅੱਜ ਵੀ ਇਹਨਾਂ ਦਾ ਨਾਮ ਉੱਥੇ ਗੂੰਜਦਾ ਹੈ ਬਹੁਤ ਸਾਰੇ ਸਵਾਲਾਂ ਦਾ ਜਵਾਬ ਅਸੀਂ ਬ੍ਰਿਗੇਡੇ ਬਾਜਪਾ ਤੋਂ ਲੈਂਦੇ ਆ ਪਰ ਇੱਕ ਸਵਾਲ ਦਾ ਜਵਾਬ ਆ ਜਿਹੜਾ ਉਹ ਅੱਜ ਵੀ ਨਹੀਂ ਮਿਲਦਾ ਪਿਆ ਕਰਗਿਲ ਵਿਲੇ ਸਾਡੇ ਇੰਟੈਲੀਜੈਂਸ ਫੇਲਿਅਰ ਦੇ ਨਾਲ ਪੋਲੀਟੀਕਲ ਫੇਲਿਅਰ ਦੇ ਬਾਰੇ ਸਾਡੇ ਸਾਹਮਣੇ ਤੱਥ ਕਦੋਂ ਰੱਖੇ ਜਾਣਗੇ ਅਸੀਂ ਉਸ ਦਾ ਵੀ ਇੰਤਜ਼ਾਰ ਕਰ ਰਹੇ ਹਾਂ ਬ੍ਰਿਗੇਡੇ ਬਾਜਪਾ ਇਮੋਸ਼ਨਲ ਵੀ ਹੋਏ ਇਸ ਇੰਟਰਵਿਊ ਦੇ ਦੌਰਾਨ ਬਗੜੇ ਬਾਜਪਾ ਨੇ ਉਹ ਵੀ ਦੱਸਿਆ ਕਿ ਬਾਜ ਕਿਵੇਂ ਲੜਦਾ ਹੈ ਬਾਜ ਕਿਵੇਂ ਅੜ ਜਾਂਦਾ ਹੈ ਤੇ ਭਾਰਤ ਸਰਕਾਰ ਦੇ ਅੱਗੇ ਇਸ ਬਾਜ ਨੇ ਅੜ ਕੇ ਉਹ ਫੈਸਲੇ ਕੀਤੇ ਜਿਹੜੇ ਯੂਨ ਤੱਕ ਪ੍ਰਵਾਨ ਹੋਏ ਉਸ ਤੋਂ ਬਾਅਦ ਬਗੜੇ ਵਾਫਾ ਦਾ ਜ਼ਿਕਰ ਕੀਤਾ ਜਾਂਦਾ ਹੈ ਅੱਜ ਦੀ ਇਸ ਇੰਟਰਵਿਊ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਹੈ ਕਿ ਉਹ ਤੱਥ ਤੁਹਾਡੇ ਸਾਹਮਣੇ ਰੱਖੇ ਜਾਣ ਜਿਹੜੇ ਤੱਥ ਤੁਹਾਡੇ ਅੱਗੇ ਪਹਿਲਾਂ ਨਹੀਂ ਆ ਸਕੇਗੇ ਕਰਗਿਲ ਦੇ ਅਗਲੇ ਵਿਜੇ ਦਿਵਸ ਫੇਲੇ ਕੋਈ ਹੋਰ ਤੱਥ ਲੈ ਕੇ ਤੁਹਾਡੇ ਸਾਹਮਣੇ ਜ਼ਰੂਰ ਹਾਜ਼ਰ ਹੋਵਾਂਗੇ ਖੋਜ ਜਾਰੀ ਹੈ ਬਹੁਤ ਧੰਨਵਾਦ you <laughs>